Sirvahi Guru Sahib Ji. ਸਲੋਕ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ऐसी कृपा करो प्रभु नानक दास दसाए पौड़ी छछा छोरे दास तुम्हारे दास दासन के पानी हारे छछा छार होत तेरे संता अपने कृपा करो भगवंता शाड सियानप बहु चतराई संतन की मन टेक टकाई शार की पुत्री परम गत पाई नानक जाम को संत सहाई शार की पुत्री परम गत पाई नानक जाको संत सहाई वाहिगुरु जी का खालसा वाहिगुरु जी की फतह सतनाम वाहिगुरु एक ओंकार सतनाम कर्ता पुरुष निरपाओ निर्वैर अकाल मूर्त आजनी साहिबान गुरप्रसाद जप आद सच जुगाद सच है भी सच नानक होसी भी सच ज्ञान अंजन गुर दिया अज्ञान अंधेर गुनाह हर कृपा दे संत भेटिया नानक मन प्रगास मूक उचरै शास्त्र रट इन गिरन चढ़ जाए अंध लख बद्रो सुने जो काल कृपा कराए वाहिगुरु जी का खालसा वाहिगुरु जी की परम सुधार जो गुरु खालसा सत्संग जी आवट भागे हो जो श्री गुरु ग्रंथ साहब की हजूरी में सज के शामियां दीन दवान दी हाजरी भरिया गुरु प्यार ने बड़े विराग के नाल आप जी ने चौबी साहब का पाठ सानू कराया है सुखी वसे मोरो परिवारा सेवक सिख सभी करतारा कि जो सारा ये परिवार है मेरा सुखी वसे ਇੱਕ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਆਦਿ ਦੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਇਹਨਾਂ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਸ਼ਬਦ ਜਾਣ ਕੀਤਾ ਸ਼ਬਦ ਗੁਰੂ ਸੁਰਤਨ ਚੇਲਾ ਮੇਰਾ ਗੁਰੂ ਸ਼ਬਦ ਜਿਹੜੀ ਸੁਰਤੀ ਹੈ ਚੇਲਾ
ਤੇ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਦਸਵੇਂ ਜਾਮੇ ਜਾਣ ਕੇ ਸਪਸ਼ਟੀਕਰਨ ਕਰਤਾ ਹੈ ਆਦ ਅੰਤ ਇੱਕ ਹੀ ਅਵਤਾਰਾ ਜੋ ਆਦ ਤੋਂ ਲੈ ਕੇ ਚਲੇ ਆ ਰਿਹਾ ਜਿਵੇਂ ਆਪਾਂ ਹੁਣੇ ਮੂਲ ਮੰਤਰ ਪੜ੍ਹੇ ਆਦ ਸੱਚ ਆਦ ਜਦੋਂ ਕੁਝ ਵੀ ਨਹੀਂ ਸੀਗਾ ਉਦੋਂ ਪਰਮਾਤਮਾ ਸੱਚ ਹੈਗਾ ਸੀ ਜੁਗਾਦ ਸੱਚ ਫਿਰ ਯੁੱਗ ਚੱਲ ਪਏ ਹਨ ਯੁੱਗਾਂ ਵਿੱਚ ਵੀ ਸੀ ਹੈ ਵੀ ਸੱਚ ਹੁਣ ਵੀ ਸੱਚ ਹੈ ਨਾਨਕ ਹੋਸੀ ਵੀ ਸੱਚ ਉਹ ਆਉਣ ਵਾਲੇ ਸਮੇਂ ਵਿੱਚ ਹੀ ਸੱਚ ਹੋਵੇਗਾ ਅਤੇ ਸਾਧੂ ਜਿੱਥੇ ਕਥਨ ਕਰਦੇ ਆ ਉਹ ਨਿਰੰਕਾਰ ਆਸ ਨੂੰ ਲੈ ਕੇ ਚਲੇ ਆ ਰਿਹਾ ਕੁਛ ਵੀ ਨਹੀਂ ਹੈਗਾ ਉਦੋਂ ਵੀ ਉਹ ਸੱਚ ਸੀ ਉਦੋਂ ਵੀ ਇਹ ਨਾਮ ਚੱਲਦਾ ਸੀ ਜਿਹੜਾ ਨਾਮ ਹੈ ਨਾ ਆਪਾਂ ਹੁਣੇ ਪੜ੍ਹਦੇ ਹਾਂ ਵਾਹਿਗੁਰੂ ਗੁਰਮੰਤਰ ਹੈ ਜਦੋਂ ਕੁਛ ਵੀ ਨਹੀਂ ਸੀਗਾ ਉਦੋਂ ਵੀ ਚੱਲਦਾ ਸੀ ਨਾਮ ਉਦੋਂ ਵੀ ਚੱਲਦਾ ਸੀ ਹੁਣ ਵੀ ਚੱਲਦਾ ਜਦੋਂ ਕੁਛ ਨਹੀਂ ਸੀ ਉਦੋਂ ਵੀ ਨਾਮ ਦਾ ਚੱਲਦਾ ਸੀ ਦਸਮ ਪਾਤਸ਼ਾਹ ਇੱਕ ਸ਼ਬਦ ਹੁੰਦਾ ਕਲਪ ਕਲਪ ਪੱਤਰ ਪਰ ਸ਼ਕਸ਼ਰ ਕਹੀ ਕਲਪ ਕਹਿੰਦੇ ਆ ਨੌ ਯੁੱਗ ਦਾ ਕਲਪ ਹੁੰਦਾ ਅਕਸ਼ਰ ਇੱਕ ਅੱਖਰ ਨੌ ਯੁੱਗ ਦੇ ਵਿੱਚ ਨੌ ਯੁੱਗ ਇੱਕ ਅੱਖਰ ਦਾ ਜਾਪ ਹੋਇਆ ਜਿਵੇਂ ਬਾਬਾ ਲਾ ਲਓ ਵਾਹ 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 ਕਲਪ ਕਲਪ ਪਰ ਅਕਸ਼ਰ ਕਹੀ ਕਿ ਕਲਪ ਕਲਪ ਇੱਕ ਅੱਖਰ ਦਾ ਜਾਪ ਹੋਇਆ ਭਾਵ ਛੱਤੀ ਯੁੱਗ ਇਹ ਚੌਂ ਅੱਖਰਾਂ ਦਾ ਇੱਕ ਇੱਕ ਅੱਖਰ ਕਣਕੀ ਨੌ ਨੌ ਯੁੱਗ ਇੱਕ ਇੱਕ ਅੱਖਰ ਦਾ ਜਾਪ ਹੋਇਆ ਅਤੇ ਛੱਤੀ ਯੁੱਗ ਇਹਦਾ ਸਿਮਨ ਹੋਇਆ ਚੌਂ ਅੱਖਰਾਂ ਦਾ ਵਾਹਿਗੁਰੂ ਦਾ ਅਤੇ ਮਾਰ ਗਿਆ ਆਦ ਅੰਤ ਕੀ ਅਵਤਾਰਾ ਸੋਈ ਗੁਰੂ ਸਮਝੋ ਰਾਤ ਜੋ ਹੋਏ ਪਹਿਲਾਂ ਤੋਂ ਆਇਆ ਹੈ ਜਦੋਂ ਕੁਛ ਨਹੀਂ ਸੀ ਉਦੋਂ ਵੀ ਹੈਗਾ ਸੀ ਉਹ ਮੇਰਾ ਗੁਰੂ ਹੈ ਉਦੋਂ ਵੀ ਇਹਦਾ ਜਾਪ ਚੱਲਿਆ ਮਾਰੇ ਕਥਨ ਕਰਦੇ ਹਨ ਕਲਪ ਕਲਪ ਪਤ ਅਸ਼ਰ ਕਹੀ ਸ੍ਰੀ ਗੁਰੂ ਨਾਨਕ ਜਪਿਓ ਸਹੀ ਉਹ ਜਿਹੜਾ ਹੈ ਕਿ ਗੱਖਰ ਦਾ ਜਾਪ ਹੋਇਆ ਛੱਤੀ ਯੁੱਗ ਮੁੜ ਕੇ ਉਹਦਾ ਜਾਪ ਹੋਇਆ ਜਦੋਂ ਯੁੱਗ ਚੱਲ ਪਿਆ ਫਿਰ ਇੱਕ ਅੱਖਰ ਦਾ ਜਾਪ ਫਿਰ ਸਿੱਧਾ ਹੋਇਆ ਜਾਪ ਕਰਿਆ ਉਹਨਾਂ ਦੇਵਤਿਆਂ ਨੇ ਮਾਰਕ ਯੁੱਗਾਂ ਨੇ ਭਾਈ ਗੁਰਦਾਸ ਜੀ ਵਾਲਾ ਜਿੰਦਾ ਸਾਜੁਗ ਸਤਿਗੁਰ ਵਾਸ ਦੇ ਵਾਹ ਵਾਹ ਵਿਸ਼ਨਾ ਨਾਮ ਜਪਾਵੇ ਸਾਜੁਗ ਜ ਵਿਸ਼ਨੂੰ ਨੇ ਆਣ ਕੇ ਵਾਹ 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 ਦਾ ਜਾਪ ਕਰਾਇਆ ਵਾਹ 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 ਇੱਕ ਅੱਖਰ ਦਾ ਜਾਪ ਕਰਾਇਆ ਅੱਜ ਵੀ ਨਿੱਕੇ ਨਿੱਕੇ ਹੁੰਦੇ ਹਾਂ ਅਸੀਂ ਵੀ ਜਦੋਂ ਆਸਾ ਜਵਾਬ ਪਹਿਲਾਂ ਪਹਿਲਾਂ ਕਰਨ ਲੱਗੇ ਤਾਂ ਹਾਲੇ ਦੀ ਆਸਾ ਜਵਾਬ ਨੂੰ ਕਹਿੰਦੇ ਆ ਅਤੇ ਉਹਦੇ ਵਿੱਚ ਜਦੋਂ ਪੌੜੀ ਆਉਂਦੀ ਹੈ ਪੌੜੀ ਦੇ ਵਿੱਚ ਹਰ ਪੰਗਤੀ ਨਾਲ ਵਾਹ ਵਾਹ ਸ਼ਬਦ ਪੜ੍ਹਦੇ ਵਾਹ ਵਾਹ ਅੱਖਰ ਲਾਉਂਦੇ ਹਾਲੇ ਦਾ ਗਾਉਣ ਨੂੰ ਕਹਿੰਦੇ ਹਾਲੇ ਦੀ ਆਸਾ ਜਵਾਬ ਕਰਦੇ ਆ ਅੱਜ ਵੀ ਪੁਰਾਤਨ ਬਜ਼ੁਰਗ ਜਿਹੜੇ ਹੈ ਉਹ ਆਸਾ ਜਵਾਬ ਨੂੰ ਕੰਡਾਉਂਦੇ ਕਰਦੇ ਆ ਅਤੇ ਉਦੋਂ ਜਦੋਂ ਪੌੜੀ ਆਉਂਦੀ ਹੈ ਅਜੇ ਉਹ ਇੱਕ ਅੱਖਰ ਦਾ ਵਾਹ ਵਾਹ ਸ਼ਬਦ ਪੌੜੀ ਹਰ ਪੰਗਤੀ ਨਾਲ ਵਾਹ ਵਾਹ ਸ਼ਬਦ ਗਾਉਂਦੇ ਵਾਹ ਵਾਹ ਖਾਸ ਕਰਕੇ ਬੁੱਢੇ ਦਲ ਵਿੱਚ ਅਜੇ ਵੀ ਆਸਾ ਜਵਾਬ ਜੋ ਲੱਗਦੀ ਹੈ ਉਦੋਂ ਪੌੜੀ 'ਤੇ ਆਣ ਕੇ ਫਿਰ ਹਰ ਪੰਗਤੀ ਦੇ ਵਾਹ ਵਾਹ ਸ਼ਬਦ ਬਣਦੇ ਅੱਖਰ ਲਾਉਂਦੇ ਭਾਈ ਜੀ ਕਥਨ ਕਰਦੇ ਨੇ ਸਾਜੁਗ ਸਤਿਗੁਰ ਵਾਸ ਦੇ ਵਾਹ ਵਾਹ ਵਿਸ਼ਨੂੰ ਨਾਮ ਚ ਪਾਇਆ ਸਾਜੁਗ ਦੇ ਵਿਸ਼ਨੂੰ ਨੇ ਵਾਹ ਵਾਹ ਅੱਖਰ ਲਾ ਕੇ ਇੱਕ ਅੱਖਰ ਦਾ ਜਾਪ ਕਰਾਇਆ ਵਾਹ 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 ਦੁਆਬਰ ਸਤਿਗੁਰ ਹਰਿਕ੍ਰਿਸ਼ਨ ਹਰ ਹਰ ਨਾਮ ਜਪਾ ਦਿੱਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਭਾਵ ਇੱਕ ਅੱਖਰ ਦਾ ਜਾਪ ਹੋਇਆ ਕਾਜੁਗ ਨਾਨਕ ਗੋਬਿੰਦ ਗੋਗਾ ਗੋਬਿੰਦ ਨਾਲ ਕਾਜੁਗ ਭਗਤਾਂ ਨੇ ਗੋਬਿੰਦ ਗੋਬਿੰਦ ਦਾ ਜਾਪ ਹੋਇਆ ਸਾਡੇ ਕਿਸੇ ਮੁੰਡਾ ਸੀ ਉਹਨੇ ਵੀ ਇੱਦਾਂ ਜਵਾਬ ਕਰਨਾ ਗੋਬਿੰਦ ਗੋਬਿੰਦ ਦਾ ਜਾਪ ਨਹੀਂ ਕਰਨਾ ਅਤੇ ਮਹਾਂਪੁਰਸ਼ਾਂ ਕਹਿਣਾ ਤੂੰ ਸਾਰਾ ਮੰਤਰ ਪੜ੍ਹਿਆ ਕਰ ਇੱਕ ਅੱਖਰ ਦਾ ਜਾਪ ਕਰਦਾ ਹੈ ਪਰ ਉਹ ਨਹੀਂ ਛੱਡਿਆ ਉਹਨੇ ਜਦੋਂ ਅੰਮ੍ਰਿਤ ਉੱਠ ਕੇ ਗੋਬਿੰਦ 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 ਦਾ ਜਾਪ ਕਰਨਾ ਅਤੇ ਮਾਰੇ ਗਾਜੋ ਨਾਨਕ ਗੁਰਬਿੰਦ ਗਾਜੋ ਗੋਬਿੰਦ ਨਾਮ ਚ ਪਾਇਆ ਚਾਰੇ ਜਾ ਕੇ ਜੋ ਜੁਮੇ ਚ ਜੈਣ ਜਾ ਸਮਾਇਆ ਚਾਰੋ ਅਸ਼੍ਰੀ ਕਰ ਵਾਹਿਗੁਰੂ ਜਾ ਮੰਤਰ ਚ ਪਾਇਆ ਜਿਸ ਤੇ ਉਪਜਿਆ ਸਮਾਇਆ ਸ੍ਰੀ ਗੁਰੂ ਨਾਨਕ ਨੇ ਉਹਦੇ ਚਾਰ ਅੱਖਰ ਸੀ ਛੱਤੀ ਯੁੱਗ ਉਹਨਾਂ ਦਾ ਸਿਮਰਨ ਹੋਇਆ ਅਤੇ ਜਿਹੜੇ ਤਿੰਨ ਯੁੱਗ ਹੈ ਦੁਆਬਸ ਹੈ ਸਾਜੁਗ ਤੋਂ ਦੁਆਬਰ ਤ੍ਰੇਤਾ ਅਤੇ ਕਲਯੁੱਗ ਇਹਨਾਂ ਚੌਂ ਯੁੱਗਾਂ 'ਚ ਇੱਕ ਅੱਖਰ ਦਾ ਜਾਪ ਹੋਇਆ ਇਹ ਚਾਲੀ ਯੁੱਗਾਂ ਦਾ ਮਹਾਂਪੁਰਖ ਕਹਿੰਦੇ ਚਾਲੀ ਯੁੱਗਾਂ ਦਾ ਤਾਪ ਹੈ ਜਿਹੜਾ ਸ਼ਰਧਾ ਨਾਮ ਇਸਦੇ ਜੋ ਕਹਿਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਸ਼ੁਰ ਕਰਦੇ ਮਨ ਕਰਕੇ ਟਕਾ ਕੇ ਮਨ ਨੂੰ ਪੜ੍ਹ ਲੈ ਇੰਨਾ ਵੱਡਾ ਇਹਦਾ ਤਾਪ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਨਾ ਅਤੇ ਸਾਧੂ ਕਹਿੰਦੇ ਸ਼ਾਇਦ ਸਾਜਾ ਪਿਆ ਸਤਿਗੁਰ ਚਾਰ ਅਸ਼ਰ ਨਾ ਪੰਡ ਨਾ ਕਲਪ ਕਲਪ ਪ੍ਰਦਰਸ਼ਨ ਕਹੀ ਸ੍ਰੀ ਗੁਰੂ ਨਾਨਕ ਜਪਿਓ ਸਹੀ
ਸਾ ਮੰਤਰ ਪ੍ਰਭ ਖਾਲਸ ਦੇ ਦੇਣਾ ਕਿ ਉਹ ਜਿਹੜਾ ਮੰਤਰ ਹੈ ਗੁਰੂ ਨਾਨਕ ਨੇ ਜਪਿਆ 40 ਯੁੱਗ ਦਾ ਤਬ ਤੇ ਦਸਵੇਂ ਪਾਤਸ਼ਾਹ ਕਹਿੰਦੇ ਹੁਣ ਮੈਂ ਦਸਵੇਂ ਜਾਮੇ ਜਾਣ ਗਏ ਤੇ ਇਹ ਮੈਂ ਖਾਲਸੇ ਨੂੰ ਦੇ ਦਿੱਤਾ ਪੰਜਾਂ ਪਿਆਰਿਆਂ ਨੂੰ ਦੇ ਦਿੱਤਾ ਇਹ ਪੰਜਾਂ ਪਿਆਰਿਆਂ ਨੂੰ ਦੇ ਦਿੱਤਾ ਜਿਹਨੇ ਰਹਿਣਾ ਪੰਜਾਂ ਪਿਆਰਿਆਂ ਦੇ ਪੇਸ਼ ਹੋ ਗਏ ਤੇ ਉਹਨਾਂ ਕੋਲ ਮੰਤਰ ਲਵੇ ਤੇ ਫਿਰ ਉਹਦਾ ਜਾਪ ਕਰੇ ਤੇ ਫਿਰ ਉਹਦਾ ਫਿਰ ਦੀ ਸ਼ਕਤੀ ਮਿਲਦੀ ਹੈ ਤੇ ਮਹਾਰਾਜ ਕਹਿੰਦੇ ਸਾ ਮੰਤਰ ਪ੍ਰਭ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ ਕਿ ਜਿਹੜਾ ਇਹ ਮੰਤਰ ਦਾ ਜਾਪ ਕਰੂ ਉਹ ਪਾਵਨ ਪਾਵਨ ਪੁੱਤਰ ਹੋ ਜਾਏ ਪੁੱਤਰ ਹੋ ਜਾਏ ਅੱਜ ਹੁਣੇ ਮਹਾਂਪੁਰਖ ਬੈਠੇ ਜੀ ਬਾਹਰ ਉੱਥੇ ਬੈਠੇ ਵਿਚਾਰਾਂ ਕਰ ਰਹੇ ਸਾਂ ਘਰ ਬੈਠੇ ਹੀ ਤੇ ਗੁਰੂ ਪਿਆਰਿਆਂ ਵਿੱਚ ਕਹਿੰਦਾ ਸੀ ਕਿ ਜਦੋਂ ਮਹਾਰਾਜ ਪੰਜਾਂ ਪਿਆਰਿਆਂ ਨੂੰ ਸਿਖਾਇਆ ਬਾਅਦ 'ਚ ਮੈਂ ਕਿਹਾ ਬਾਹਰ ਪੰਜਾਂ ਵੀਰਾਂ ਨੂੰ ਸਿਖਾਇਆ ਤੇ ਕਹਿੰਦੇ ਉਹਨਾਂ ਦਾ ਨਾਂ ਕੀ ਸੀ ਤੇ ਮੈਂ ਦੱਸ ਰਿਹਾ ਸਾਂ ਮਹਾਰਾਜ ਕਹਿੰਦੇ ਹਨ ਪਹਿਲਾਂ ਤੇ ਪੰਜਾਂ ਪਿਆਰਿਆਂ ਦਾ ਨਾਮ ਮੂਲ ਮੰਤਰ ਜਾਂਦਾ ਵਾਸੀ ਸਭ ਸ੍ਰੀ ਖਾਲਸਾ ਪੁਰ ਅਨੰਦਸਰ ਮੋਰ ਜਦੋਂ ਨੰਦ ਅਜੂਬਾ ਬਣਿਆ ਅਨੰਦਪੁਰ ਸਾਹਿਬ ਦਾ ਤੇ ਮੈਨੂੰ ਉੱਥੇ ਉਹ ਆਏ ਬੈਠੇ ਸੀ ਦੂਜੇ ਅਖਬਾਰਾਂ ਵਾਲੇ ਤੇ ਉਹ ਆਣ ਕੇ ਪੁੱਛਣ ਲੱਗੇ ਹੈ ਕਿ ਐਡਾ ਅਜੂਬਾ ਬਣ ਲੱਗਾ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਸੁੰਦਰਤਾ ਦੀ ਮੈਂ ਕਿਹਾ ਬਣ ਤੇ ਲੱਗਾ ਹੁਣ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਹਿਲੋਂ ਮੋਰ ਕਹਿ ਗਏ ਸੁੰਦਰ ਵਾਸੀ ਸਤਿ ਸ੍ਰੀ ਖਾਲਸਾ ਪੁਰ ਅਨੰਦਸਰ ਮੋਰ ਕਿ ਅਨੰਦਪੁਰ ਜਿਹੜਾ ਹੈ ਮੋਰ ਕਿ ਮਾਂ ਸ਼੍ਰੋਮਣੀ ਸਭ ਤੋਂ ਸੁੰਦਰ ਸਭ ਦੁਨੀਆਂ ਤੋਂ ਸੋਹਣਾ ਅਨੰਦਪੁਰ ਸਾਹਿਬ ਹੋਏਗਾ ਜਿਹਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲੋਂ ਕਹਿ ਗਏ ਸੋਹਣ ਬਣਾਉਣ ਲੱਗੇ ਜੇ ਤੇ ਗੁਰੂ ਸਾਹਿਬ ਜੀ ਪਹਿਲੇ ਵਚਨ ਕਰ ਗਏ ਆ ਵਾਸੀ ਸਤਿ ਸ੍ਰੀ ਖਾਲਸਾ ਪੁਰ ਅਨੰਦਸਰ ਮੋਰ ਦਇਆ ਸਿੰਧ ਸ੍ਰੀ ਸਤਿਗੁਰ ਵਸਦਾ ਜੋ ਠੋਰ ਦਇਆ ਦੇ ਸਮੁੰਦਰ ਸਤਿਗੁਰੂ ਸਦਾ ਹੀ ਅਨੰਦਪੁਰ ਸਾਹਿਬ ਰਹਿੰਦੇ ਜਿਤਨਾ ਪਹਿਲੋਂ ਮਾਜ ਗਏ ਆ ਦਇਆ ਸਿੰਘ ਸ੍ਰੀ ਸਤਿਗੁਰੂ ਵਸਦਾ ਜੋ ਠੋਰ ਵਾਸੀ ਲਾਹੌਰ ਦਇਆ ਸਿੰਘ ਸੋਹ ਦੀ ਛੱਤਰੀ ਸੋਮਨ ਸਿੰਘ ਅਵਤਾਰੀ ਸਾਹਿਬ ਸਿੰਘ ਪੁਰੀ ਦੇ ਜਸ਼ਨ ਹੁਸੈਨ ਅਵਤਾਰ ਕੇ ਮਸਾਈ ਹਿੰਮਤ ਸਿੰਘ ਪੁਰੀ ਜਗਨਨਾਥ ਪੁਰ ਫੰਦ ਗਮਾ ਧਾਰੀ ਧੰਨਾ ਸੁਮਨ ਸਿੰਘ ਅਵਤਾਰ ਸ੍ਰੀ ਧਰਮ ਸਿੰਘ ਮਹਾਂਸ਼ੋਗਾਰੀ ਪੰਚਮ ਮੋਹਨ ਸਿੰਘ ਜੀ ਨਾਮ ਦੇ ਅਵਤਾਰ ਆਦ ਰੂਪ ਸ੍ਰੀ ਖਾਲਸਾ ਜਾਨ ਜਨਮ ਸੁਧਾਰ ਮਾਰੀਏ ਜਿਹੜੇ ਪੰਜ ਪਿਆਰੇ ਪਹਿਲੇ ਹੀ ਭਗਤ ਆਏ ਆ ਉਹਨਾਂ ਭਗਤਾਂ ਨੇ ਆਣ ਕੇ ਜਨਮ ਲਿਆ ਜਨਮ ਨਾਲ ਪਹਿਲੋਂ ਸੁਧਰਿਆ ਹੋਇਆ ਪਹਿਲਾਂ ਦੀ ਬਖਸ਼ਿਸ਼ ਹੋਈ ਉਹ ਭਗਤਾਂ ਨੇ ਆਣ ਕੇ ਜਨਮ ਲੈ ਕੇ ਤੇ ਉਹ ਪੰਜਾਂ ਪਿਆਰਿਆਂ ਨੂੰ ਪੇਸ਼ ਹੋਏ ਜਾਨ ਸਦ ਜਨਮ ਸਦ ਸੁਧਾਰ ਅੱਗੇ ਉਹਨਾਂ ਦੇਵਾ ਸਿੰਘ ਰਾਮ ਸਿੰਘ ਟਹਿਲ ਸਿੰਘ ਮਧੀਰ ਈਸ਼ਰ ਸਿੰਘ ਵੱਲ ਫਤਿਹ ਸਿੰਘ ਪੰਚੋ ਮੁਕਤੇ ਬਲਵੀਰ ਪਹਿਲਾਂ ਪੰਜਾਂ ਪਿਆਰਾਂ ਨੂੰ ਛਕਾਇਆ ਫਿਰ ਪੰਜਾਂ ਬਲਵੀਰਾਂ ਨੇ ਉਹ ਵੀਰਾਂ ਨੇ ਛਕਿਆ ਤੇ ਉਸ ਤੋਂ ਬਾਅਦ ਸੰਗਤ ਨੂੰ ਛਕਾ ਗਿਆ ਤੇ ਬਚਨ ਹੋਏ ਉਹਨਾਂ ਦਾ ਨਾਂ ਨੀ ਕਿਤੇ ਆਇਆ ਇਸ ਇਤਿਹਾਸ ਵੀ ਕਿੱਥੇ ਉਹ ਸ਼ਹੀਦ ਹੋਏ ਕਿੱਦਾਂ ਹੋਏ ਮੈਂ ਕਿਹਾ ਮੈਂ ਮਹਾਂਪੁਰਖਾਂ ਕੋਲ ਸੁਣਿਆ ਕਿ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਭਗੌਰ ਸਾਹਿਬ ਗਏ ਆ ਖਾਲਸੇ ਸਾਜਨਾ ਕਰ ਗਏ ਤੇ ਭਗੌਰ ਸਾਹਿਬ ਜਾ ਕੇ ਆਸਣ ਲਾਇਆ ਦਰਿਆ ਦੇ ਕੰਢੇ ਤੇ ਸਤਿਗੁਰੂ ਦੇ ਕੰਢੇ ਤੇ ਉੱਥੇ ਸਤਿਗੁਰੂ 24 ਸਾਹਿਬ ਦੇ ਪਾਠ ਬਹੁਤ ਉਚਾਰਨ ਕੀਤੇ ਹੈ ਸੰਗਤਾਂ ਸਾਰੇ 24 ਸਾਹਿਬ ਦੇ ਪਾਠ ਕੀਤੇ ਹੈ ਇਹ ਪੰਜ ਵੀਰ ਸੀ ਦੇਵਾ ਸਿੰਘ ਰਾਮ ਸਿੰਘ ਟਹਿਲ ਸਿੰਘ ਧੀਰ ਇਹਨਾਂ ਪੰਜਾਂ ਨੂੰ ਦਰਿਆ ਦੇ ਕੰਢੇ ਤੇ ਬਿਠਾ ਦਿੱਤਾ ਦਰਿਆ ਦੇ ਕੰਢੇ ਤੇ ਬਿਠਾ ਕੇ ਤੇ ਇਹਨਾਂ ਸਿਮਰ ਤੇ ਰਾਤ ਦਾ ਸਿਮਰਨ ਕਰੋ ਵਾਹਿਗੁਰੂ ਦਾ ਤੇ ਪਹਿਰੇਦਾਰ ਰਾਤ ਦੇ ਸਿੰਘ ਚਾਰ ਸਵੇਰੇ ਕਿ ਕੋਈ ਜਾਨਵਰ ਆਣ ਕੇ ਕੋਈ ਇਹਨਾਂ ਦੀ ਸੁਰਤੀ ਨਾ ਖੇੜੇ ਜਨਮ ਕਰਕੇ ਗੁਰੂ ਕੀ ਸਮਝ ਲੈਣਾ ਕੋਈ ਵੀ ਨਿਆਣਾ ਵੀ ਨਾ ਬੋਲੇ ਐ ਸੁਰਤੀ ਡਿੱਗੀ ਹੋਏ ਵਾਹਿਗੁਰੂ ਦੇ ਨਾਲ ਜਿੰਨਾ ਦੱਸੇ ਸੋ ਇੱਦਾਂ ਕਰਕੇ ਕਿ ਇਹਨਾਂ ਨੂੰ ਆਣ ਕੇ ਵਿਘਨ ਨਾ ਪਾ ਦੇਵੇ ਤੇ ਪਹਿਰੇਦਾਰ ਚਾਰ ਸਵੇਰੇ ਘਨਾਰਦੇ ਤੇ ਉਹਨਾਂ ਨੂੰ ਪੰਜ ਦਾਣੇ ਜਮਾਂ ਦੇ ਮਹਾਂਪੁਰਖ ਦੇ ਦਿਆ ਕਰਦੇ ਪੰਜ ਦਾਣੇ ਜਮਾਂ ਦੇ ਉਹਨਾਂ ਖਾ ਲੈਣੇ ਆ ਤੇ ਉੱਥੇ ਜੇ ਲੋੜ ਪਏ ਤੇ ਪਾਣੀ ਉਹਨਾਂ ਨੂੰ ਪੀਣਾ ਜਿਹੜਾ ਮੂੰਹ ਦੇ ਵਿੱਚ ਮੂੰਹ ਗਿੱਲਾ ਹੋਵੇ ਇੰਨਾ ਪਾਣੀ ਵੀ ਨਹੀਂ ਪੀਣਾ ਪੰਜ ਜਮਾਂ ਦੇ ਦਾਣੇ ਖਾਣੇ ਦੇ ਉਹਨਾਂ ਨੇ ਪਾਣੀ ਵਿੱਚੋਂ ਜਦੋਂ ਸਤਜੋਗ ਲੈ ਲੈਣਾ ਜਿੰਨਾ ਮੂੰਹ ਸੁੱਕਦਾ ਹੋਵੇ ਮਾੜਾ ਜਿਹਾ ਮੂੰਹ 'ਚ ਰਹਿ ਜੇ ਤੇ ਸਿਮਰਨ ਕਰਾਇਆ ਮਹਾਰਾਜ ਨੇ ਜਦੋਂ 40 ਦਿਨ ਸਤਗੁਰ ਦੇ 24 ਸਾਹਿਬ ਦੇ ਪਾਠ ਕਰਦੇ ਰਹੇ ਤੇ 40 ਦਿਨਾਂ ਸਿਮਰਨ ਕੀਤਾ ਤੇ 40 ਦਿਨ ਜਦੋਂ ਹੋ ਗਿਆ ਨਾ ਤੇ ਵੇਂਦਿਆਂ ਵੇਂਦਿਆਂ ਉਹ ਪੌਣ ਹੋ ਗਿਆ 40 ਮੁਕਤੇ ਬਲਵੀਰ ਸੋ ਦੇਵਾ ਸਿੰਘ ਰੰਡ ਟਹਿ ਸਿੰਘ ਤੀਰ ਈਸਰ ਸਿੰਘ ਫਤਿਹ ਮੁਕਤੇ ਪੰਜ ਬਲਵੀਰ ਮੁਕਤ ਹੋ ਗਏ ਪੌਣ ਹੋ ਗਏ ਵੇਂਦਿਆਂ ਵੇਂਦਿਆਂ ਦਸੋਂ ਹਟ ਗਏ ਜਿਹੜੇ ਪਹਿਰੇਦਾਰ ਸੀ ਉਹਨਾਂ ਨੇ ਬੇਨਤੀ ਕੀਤੀ ਮਾਰੋ ਕਿੱਥੇ ਗਏ ਨੇ ਦੇਵਾ ਸਿੰਘ ਰਾਮ ਸਿੰਘ ਟਹਿ ਸਿੰਘ ਤੀਰ ਇਹ ਕਿੱਥੇ ਗਏ ਨੇ ਤੇ ਮਾਰ ਕੇ ਉਹ ਮੁਕਤ ਹੋ ਗਏ ਪੌਣ ਹੋ ਗਏ ਸਿਮਰਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਕੇ ਉਹ ਮੁਕਤ ਹੋ ਗਏ ਹੈ ਤੇ ਕਹਿੰਦੇ ਕਿੱਥੇ ਗਏ ਮਾਰ ਕੇ ਉਹ ਖਾਲਸੇ ਵਿੱਚ ਰਹਿਣਗੇ ਜਿਹੜਾ ਖਾਲਸਾ ਸਾਜਿਆ ਖਾਲਸੇ ਵਿੱਚ ਰਹਿਣਗੇ ਕਿਸੇ ਦੁਨੀਆਂ ਦੀ ਹਸਤੀ ਹੈ ਖਾਲਸੇ ਨੂੰ ਖਤਮ ਨਾ ਕਰ ਸਕੇ ਖਤਮ ਨਾ ਕਰ ਸਕੇ ਇੱਥੇ ਮਾਰ ਕਥਨ ਕਰਦੇ ਹਨ ਕਿ ਸਾ ਮੰਤਰ ਪ੍ਰਭ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ ਕਿ ਮੈਂ ਵਾਹਿਗੁਰੂ ਦਾ ਗੁਰਮੰਤਰ ਜਿਹੜਾ ਹੈ ਜਿਹੜਾ ਗੁਰੂ ਨਾਨਕ ਨੇ ਜਪਿਆ ਸੀ ਤੇ ਉਹ ਹੀ ਜਪਦੇ ਆਏ ਦਸਾਂ ਜਾਮਿਆਂ ਵਿੱਚ
ਤੇ ਸਤਿਗੁਰੂ ਹੁਣ ਮੈਂ ਉਹ ਮੰਤਰ ਜਿਹੜਾ ਉਹ ਖਾਲਸ ਨੂੰ ਪੰਜਾਂ ਪਿਆਰਾਂ ਨੂੰ ਦਿੱਤਾ। ਜਿਹਨੇ ਰਹਿਣਾ ਪੰਜਾਂ ਪਿਆਰਾਂ ਵਾਲੇ ਗੁਰੂ ਡੰਮ ਖਤਮ ਕਰਦਾ ਕਿ ਕੋਈ ਦੇਹਧਾਰੀ ਗੁਰੂ ਅੱਜ ਤੋਂ ਨਹੀਂ ਹੋਏਗਾ, ਕੋਈ ਅੱਜ ਤੋਂ ਨਾ ਕੋਈ 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 ਦੇਹਧਾਰੀ ਮੰਤਰ ਨਹੀਂ ਦੇ ਸਕਦਾ, ਨਾ ਚਰਨ ਪੌਲ ਛਕਾ ਸਕਦਾ। ਅੱਜ ਵੀ ਕਈ ਵੇਖੇ ਕੱਲ ਇੱਕ ਬੰਦਾ ਮੇਰੇ ਨਾਲ ਬਹੁਤਾ ਜੇ ਬਹਿਸਦਾ ਰਿਹਾ, ਕਹਿੰਦਾ ਚਰਨ ਪੌਲ ਫਲਾਣੇ ਛਕਾਉਂਦੇ, ਮੈਂ ਛਕਾਉਂਦੇ ਹੋਣਗੇ ਪਰ ਉਹਨਾਂ ਦੀ ਮਨ ਮਰਜ਼ੀ ਨੇ, ਉਹਨਾਂ ਦੀ ਮਰਜ਼ੀ ਹੈ, ਉਹਨਾਂ ਦਾ ਮਨਮਤੇ ਹੈ। ਇਸ ਕਰਕੇ ਮਹਾਰਾਜ ਨੇ ਸੰਧੂ ਨੇ ਕਿਸੇ ਕੌਮ ਦਾ ਸਵਾਲ ਹੀ ਰੱਖਿਆ, ਸਾਰੀ ਦੁਨੀਆਂ ਦੇ ਸਾਰੇ ਇਕੱਠੇ ਕਰਕੇ ਤੇ ਖਾਲਸਾ ਸਾਜਿਆ। ਖਾਲਸਾ ਕਦੇ ਇਕੱਲੀ ਇਕੱਲਿਆਂ ਨਹੀਂ ਸਾਜਦਾ, ਇਕੱਲੇ ਸਾਹਿਬਾਂ ਨੇ ਆਪਣਾ ਸਾਜਣਾ ਜੇ ਬਖਸ਼ੇਵਾ ਰੱਖਣਾ। ਉਹਦੇ ਮਾਰ ਚਾਰ ਦੇ ਸਾਹਿਬ ਜਿਹੜੇ ਪੰਜਵੇਂ ਸਤਿਗੁਰੂ ਆਪ ਸੀ, ਪੰਜਾਂ ਪਿਆਰ ਲੱਭਣ ਦੀ ਲੋੜ ਸੀ। ਸਤਿਗੁਰੂ ਤਾਂ ਹੀ ਸਾਰੀਆਂ ਜਾਤਾਂ ਦੇ ਇਕੱਠੇ ਕਰਕੇ ਤੇ ਮਾਰੇ ਖਾਲਸਾ ਸਾਜਿਆ, ਖਾਲਸਾ ਸਾਰੀ ਦੁਨੀਆਂ ਸਾਂਝਾ। ਚਾਰ ਉਹਨਾਂ ਕੋ ਕਰਾਹੂੰ ਵਾਹਿਗੁਰੂ ਸਿੰਘ ਕੋ ਨਾਮ ਚ ਬਾਹ, ਚਾਰ ਉਹਨਾਂ ਦਾ ਸਾਂਝਾ ਖਾਲਸਾ ਮਹਾਰੇ ਸਾਜਿਆ। ਤੇ ਜੋ ਮਹਾਰੇ ਮਰਜ਼ਾਦਾ ਚਰਾਦੀ ਦਸੇ ਜਾਮੇ ਜਾਣਗੇ ਉਹਨੂੰ ਪ੍ਰਮੁੱਖ ਰੱਖਣਾ, ਉੱਥੋਂ ਖੰਡੇ ਵਾਟੇ ਦਾ ਅੰਮ੍ਰਿਤ ਛਕਣਾ ਜ਼ਰੂਰੀ। ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਵੀ ਆ, ਸਤਿਗੁਰੂ ਦੀ ਆ, ਅਵਰ ਨਾ ਜਾਣਾ ਦੂਆ ਦੀ ਆ। ਨਾਨਕ ਅੰਮ੍ਰਿਤ ਇਹ ਗਿਆ ਦੂਜਾ, ਹੋਰ ਕੋ ਅੰਮ੍ਰਿਤ ਨਹੀਂ, ਕੋਈ ਅੰਮ੍ਰਿਤ ਹੈ ਖੰਡੇ ਵਾਟੇ ਦਾ ਛਕਣਾ ਜ਼ਰੂਰੀ ਹੈ। ਬਾਕੀ ਛਕਾਉਂਦਾ ਉਹਦੀ ਮਨ ਮੱਤੇ ਹੈ। ਸਵੇਦਨ ਕਰਕੇ ਮਾਰ ਗਏ ਸਾਹ ਮੰਤਰ ਪਰ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਗੀਨਾ, ਕਿ ਉਹ ਮੰਤਰ ਜਿਹੜਾ ਸੀ ਗੁਰੂ ਨਾਨਕ ਨੇ ਜਪਿਆ ਉਹ ਮੈਂ ਖਾਲਸ ਨੂੰ ਪੰਜਾਂ ਪਿਆਰਾਂ ਨੂੰ ਦਿੱਤਾ। ਜਿਹੜਾ ਮੰਤਰ ਦਾ ਜਾਪ ਕਰੇਗਾ ਉਹ ਪਵਿੱਤਰ ਹੋ ਜਾਏਗਾ, ਉਹਦੀ ਬਖਸ਼ਿਸ਼ ਹੋ ਜਾਏਗੀ। ਸੋ ਇੱਥੇ ਮਾਰ ਗਿਆ ਆਨੰਦੀ ਕਿ ਉਤਾਰਾ ਸੋਈ ਗੁਰੂ ਸਮਝੋ, ਕਿ ਸ਼ੰਕਾ ਕੱਢਦਾ ਕੋਈ ਨਾ ਕਿ ਗੁਰੂ ਨੇ ਕਿਹੜਾ ਗੁਰੂ ਧਾਰਨਾ ਕੀਤਾ ਹੈ, ਕਿਹੜਾ ਗੁਰੂ ਦਾ ਗੁਰੂ ਕਿਹੜਾ ਸੀ, ਕਿਉਂਕਿ ਜਿੰਨੇ ਵੀ ਦੇਵਤੇ ਆਉਂਦੇ ਉਹਦਾ ਕੋਈ ਨਾ ਕੋਈ ਗੁਰੂ ਹੁੰਦਾ ਸੀ। ਤੇ ਫਿਰ ਮਾਰ ਕੇ ਜਿਹੜਾ ਗੁਰੂ ਨਾਨਕ ਨੇ ਸ਼ਬਦ ਪੜਿਆ ਸੀਗਾ ਕਿ ਸ਼ਬਦ ਗੁਰੂ ਹੈ, ਤੇ ਦਸਵੇਂ ਜਾਮੇ ਚ ਮਾਰ ਸਪਸ਼ਟੀਕਰਨ ਦਿੱਤਾ ਕਿ ਮੇਰਾ ਗੁਰੂ ਜਿਹੜਾ ਅੰਤ ਜੋ ਅੰਤ ਤੋਂ ਲੈ ਕੇ ਆ ਰਿਹਾ ਉਹ ਵਾਹਿਗੁਰੂ ਅਲੰਕਾਰ ਮੇਰਾ ਗੁਰੂ ਹੈ। ਸੋ ਚੌਵੀ ਸਾਹਿਬ ਦਾ ਬੜੇ ਵਿਰਾਗ ਨਾਲ ਗੁਰੂ ਕੇ ਪਿਆਰਿਆਂ ਨੇ ਸ਼ਰਮ ਕਰਾਇਆ। ਹੁਣ ਜੋ ਮਾਰੇ ਹੁਕਮ ਦੀ ਆਪ ਲੜੀਵਾਰ ਕਥਾ ਚੱਲਦੀ ਆ ਰਹੀ ਹੈ, ਉਹਦੇ ਇੱਕ ਸ਼ਬਦ ਦੀ ਚਾਰ ਕਰਨ ਕਰਕੇ ਆਪਦਾ ਜੀਵਨ ਸਫਲ ਮਨਾ ਕਰੋ। ਸਲੋਕ ਸਾਦੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ। ਮਹਾਰਾਜ ਕਹਿੰਦੇ ਜਿਹੜਾ ਸੰਤ ਰਾਗ ਦੇ ਵਿੱਚ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹਦੀ ਛਾਤੀ ਵੀ ਸੀਤਲ ਹੈ ਤੇ ਮਨ ਵੀ ਸੁਖੀ। ਉਹਦੀ ਛਾਤੀ ਉਹ ਸਰੀਰ ਛਾਤੀ ਹੈ, ਉਹਦਾ ਮਨ ਜਿਹੜਾ ਸਰੀਰ ਵੀ ਦੁਖੀ ਨਹੀਂ ਹੈ, ਸਰੀਰ ਵੀ ਸੁਖੀ ਹੋ ਗਿਆ ਹੈ, ਸਰੀਰ ਦੇ ਰੋਗ ਸਾਰੇ ਦੂਰ ਹੋ ਗਏ ਹੈ। ਤੇ ਜਿਹੜਾ ਮਨ ਨੂੰ ਸ਼ਾਂਤੀ ਆ ਗਈ ਹੈ, ਮਨ ਜਿਹੜਾ ਭੜਕਦਾ ਫਿਰਦਾ ਸੀ, ਮਨ ਦਾ ਟਿਕਾਓ ਨਹੀਂ ਸੁਣਦਾ, ਇੱਧਰ ਉੱਧਰ ਭੱਜਿਆ ਫਿਰਦਾ ਸੀ, ਕਲਪਨਾ ਫਿਰਦਾ ਸੀ, ਵਿਕਾਰਾਂ ਵੀ ਭੱਜਿਆ ਫਿਰਦਾ ਸੀਗਾ, ਉਹ ਮਨ ਨੂੰ ਸ਼ਾਂਤੀ ਸੁਖੀ ਹੋਈ ਹੈ। ਜਿਹਨਾਂ ਦੇ ਸਤਿਗੁਰੂ ਦੀ ਕਿਰਪਾ ਹੋਈ ਹੈ, ਜਿਹਨਾਂ ਨੇ ਰਾਗ ਵਿੱਚ ਸ਼ੰਤ ਨੂੰ ਗਾਇਆ, ਗੁਰੂ ਦੇ ਸ਼ਬਦ ਨੂੰ ਪੜ੍ਹਿਆ ਸੁਣਿਆ ਵਿਰਾਗ ਨਾਲ, ਤੇ ਜਿਹਨਾਂ ਸੁਣ ਕੇ ਨਾਲ ਸਿਮਰਨ ਕੀਤਾ ਵਾਹਿਗੁਰੂ ਦਾ। ਜਿੱਦਾਂ ਪਹਿਲੇ ਦੱਸਿਆ ਕਿ ਬਾਈ ਨਾਲ ਨਹੀਂ ਬੋਲਣਾ, ਨਾਲ ਘੱਟ ਵੱਧ ਤੋਂ ਵੱਧ ਸਿਮਰ ਨਾਲ ਕਰਨਾ ਹੈ, ਕਿ ਕਥਾ ਕੀਰਤਨ ਜਿਹੜੇ ਸਿਮਰ ਵਾਸਤੇ ਹੈ। ਸੋ ਇੱਦਾਂ ਕਰਕੇ ਕੁਣ ਸੁਣਨਾ ਕੰਨਾਂ ਨਾਲ ਆ, ਤੇ ਨਾਲ ਇਸਦੇ ਚੋਂ ਮੂੰਹ ਮੀਟ ਕੇ ਸੁਰਤੀ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਫਿਰਦਿਆਂ ਕਰਦਿਆਂ ਕਰਦਿਆਂ ਫਿਰ ਉਹਨੂੰ ਗੁਪਤ ਹੋ ਜਾਣਾ। ਸੋ ਇਹ ਜਵਾਨ ਨੂੰ ਖਿਲਾਰ ਕੇ ਫਿਰ ਉਹਦਾ ਸਿਮਰਨ ਕਰਨਾ। ਸੋ ਜਿਹਨਾਂ ਨੇ ਇਸ ਤਰੀਕੇ ਦੇ ਨਾਲ ਸਿਮਰਨ ਕੀਤਾ ਉਹਨਾਂ ਦਾ ਮਨ ਵੀ ਸੁਖੀ ਹੋ ਗਿਆ ਤੇ ਤਨ ਵੀ ਸੁਖੀ ਹੋ ਗਿਆ। ਜਿੰਨਾ ਸ਼ਰਧਾ ਨਾਲ ਭਾਵਨਾ ਨਾਲ ਪਰਮਾਤਮਾ ਦੇ ਗਹਿਣ ਜਿੰਨਾ ਵਾਹਿਗੁਰੂ ਸਿਮਰਨ ਨੂੰ ਗਹਿਣ ਹਿਰਦੇ ਚ ਵਸਾਇਆ। ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਐਸੀ ਕਿਰਪਾ ਗੁਰੂ ਮਹਾਰਾਜ ਆਪਦੇ ਸੇਵਕਾਂ ਦੇ ਕਿ ਦਾਸਾਂ ਦੇ ਦਾਸ ਬਣ ਜਾਣ, ਕਿਉਂਕਿ ਜਦੋਂ ਬੰਦਾ ਉਦੋਂ ਸੇਵਾ ਕਰ ਸਕਦਾ ਜਦੋਂ ਦਾਸਾਂ ਦਾ ਦਾਸ ਬਣ ਜਾਏ। ਜਦੋਂ ਵਡਾਪਣਾ ਛੱਡ ਲੈ ਕੇ ਮੈਂ ਦਸਾਰਾ ਨੀਵਾਂ, ਉਦੋਂ ਸੇਵਾ ਕਰ ਸਕਦਾ, ਉਦੋਂ ਝਾੜੂ ਮਾਰ ਸਕਦਾ, ਉਦੋਂ ਹੀ ਗੁਰੂ ਘਰ ਸੋਭਾ ਪਾ ਸਕਦਾ। ਜਿੰਨਾ ਕਹਿੰਦਾ ਇਹਦੇ ਵਿੱਚ ਕੁਝ ਵੀ ਨਹੀਂ ਗਾ, ਮੈਂ ਇਹਦੇ ਵੱਡਾ ਹੈ, ਇਹ ਤੇ ਮਾੜਾ ਬੰਦਾ ਹੈ, ਮੈਂ ਵੱਡਾ ਬੰਦਾ ਹੈ, ਉਹਨਾਂ ਚਿਰ ਸੇਵਾ ਨਹੀਂ ਕਰ ਸਕਦਾ। ਵੱਡਾ ਪੁਣਾ ਜਿਹੜਾ ਉਹ ਕਿਸੇ ਇੱਕ ਦਿਨ ਕਥਾ ਗੱਲ ਦੇ ਬਾਹਰ ਹੀ ਹੈ ਕਿ ਆਉਣ ਵਾਲੀ ਹੈ। ਕਹਿੰਦਾ ਅਕਬਰ ਕਹਿੰਦਾ ਬੀਰਬਾਲ ਨੂੰ, ਬੀਰਬਾਲ ਆਹ ਜਿਹੜੇ ਹੈਗੇ ਨੇ ਫਕਰ ਨੇ ਤੇ ਮੌਲਵੀ ਹੈ, ਇਹਨਾਂ 'ਚ ਵੱਡਾ ਕਿਹੜਾ? ਮੌਲਵੀ ਕਿਹੜਾ ਵੱਡਾ ਹੈ ਤੇ ਫਕਰ 'ਚ ਇਹਨਾਂ 'ਚ ਕਿਹੜਾ ਵੱਡਾ? ਤੇ ਕਹਿੰਦੇ ਬੀਰਬਾਲ ਕਹਿਣ ਲੱਗਾ ਕਿ ਇਹਦੇ ਪਰਖ ਕੀਤਿਆਂ ਪਤਾ ਲੱਗਦਾ, ਜਿੰਨਾ ਚਿਰ ਮਨੁੱਖ ਦੀ ਪਰਖ ਨਾ ਹੋਏਗੀ ਪਤਾ ਲੱਗਦਾ। ਅਸੀਂ ਵੀ ਪਰਸੋਂ ਦੀ ਗੱਲ ਹੈ, ਪਰਸੋਂ ਮੇਰੇ ਮਨ ਫੁਰਨਾ ਆਇਆ, ਮੈਂ ਆਪਾਂ ਨੂੰ ਕਿੰਨੇ ਦਿਨ ਹੋਣ ਦੇ ਭਾਈ ਗ੍ਰੰਥੀ ਨਾ ਹੋਰ ਮਤਾਂ ਨਹੀਂ ਹੋਇਆ, ਤੇ ਜੇ ਮੈਂ ਬਾਹਰ ਨਿਕਲਿਆ ਤਾਂ ਅੱਗੋਂ ਬਾਬਾ ਜੀ ਮਿਲ ਪਿਆ ਤੇ ਮਿਲਦਿਆਂ ਤਾਂ ਸਾਡਾ ਉਹ ਪੰਜ ਸੱਤ ਮਿੰਟ ਅਸੀਂ ਖਲੋਤੇ, ਫਿਰ ਸ਼ਬਦ ਰਲਿਆ। ਪਾਓ ਜਿੰਨਾ ਕਿ ਸ਼ਬਦ ਨਹੀਂ ਆਦਾ, ਗ੍ਰੰਥ ਗੁਰੂ ਘਰ ਜੀ ਗ੍ਰੰਥੀ ਸਿੰਘ ਦੀ ਪਹਿਲ ਹੈ, ਗ੍ਰੰਥੀ ਸਾਹਿਬ ਸਤਿਕਾਰ ਜਿਹੜਾ ਅੱਜ ਭਾਵੇਂ ਘੱਟ ਹੋਈ ਹੈ ਪਰ ਪਹਿਲੇ ਪਹਿਲੇ ਬਹੁਤ ਹੁੰਦਾ ਸੀ। ਇੱਕ ਦਿਨ ਮੈਂ ਪੜ੍ਹ ਲਿਆ ਸਾਂ ਮਹਾਰਾਜ ਜੀਤ ਸਿੰਘ ਇਤਿਹਾਸ, ਤੇ ਕਹਿੰਦੇ ਮਹਾਰਾਜ ਜੀਤ ਸਿੰਘ ਜਿਹੜਾ ਸੀ ਨਾ, ਜਿਹੜਾ ਗ੍ਰੰਥੀ ਸਿੰਘ ਹੁੰਦਾ ਸੀ ਉਹਦਾ ਇੰਨਾ ਸਤਿਕਾਰ ਕਰਦੇ ਸੀ, ਜਦੋਂ ਗ੍ਰੰਥੀ ਸਿੰਘ ਨੇ ਆਉਣਾ ਉਹਨੂੰ ਮਿਲਣ ਵਾਸਤੇ ਤੇ ਮਹਾਰਾਜ ਨੇ ਉੱਠ ਕੇ ਉਹਨੂੰ ਮਿਲਣਾ, ਸਤਿਕਾਰ ਕਰਨਾ।
ਬੜੇ ਉੱਚੇ ਸਾਨ ਬਿਠਾਉਣਾ, ਬੜਾ ਪਿਆਰ ਨਾਲ ਬਿਠਾਉਣਾ। ਤੇ ਇਹ ਨਾਲ ਹੁੰਦਾ ਰਿਹਾ ਜੀ। ਇੱਕ ਦਿਨ ਕਹਿੰਦਾ ਗ੍ਰੰਥ ਸਿੰਘ ਕਹਿਣ ਲੱਗਾ, ਮਹਾਰਾਜਾ ਜੀ ਤੁਸੀਂ ਮੇਰਾ ਸਤਿਕਾਰ ਬੜਾ ਕਰਦੇ ਜੀ। ਕਹਿੰਦੇ ਹਾਂ ਤੇਰਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਤੇਰਾ ਇੰਨਾ ਸਤਿਕਾਰ ਕਰਦੇ ਹਾਂ, ਤੂੰ ਕੋਈ ਸ਼ਾਇ ਮੰਗੇ ਤੇ ਤੇਰੇ ਕੋਲ ਇਨਕਾਰ ਨਹੀਂ ਕਰ ਸਕਦੇ, ਮੰਗਣਾ ਤੇ ਮੰਗ ਲਾ। ਉਹ ਕਹਿੰਦਾ ਵੀ ਜੇ ਤੂੰ ਦੇਣਾ ਇਹਨੂੰ ਸੈਨਾਪਤੀ ਬਣਾ ਦਿਓ। ਮਹਾਰਾਜ ਜੀ ਨੂੰ ਸੈਨਾਪਤੀ ਬਣਾਉਂਦਾ, ਜਦ ਸੈਨਾਪਤੀ ਬਣ ਗਿਆ ਤੇ ਮੁੜ ਕੇ ਉਹਨਾਂ ਇੱਕ ਦਿਨ ਦਿਲ ਕੀਤਾ, ਜਦੋਂ ਮਹਾਰਾਜ ਨੂੰ ਜਾ ਕੇ ਮਿਲਾਉਣੇ ਆ ਤੇ ਅੱਜ ਫੌਜਾਂ ਨਾਲ ਲਈਆਂ ਉਹਨੇ, ਬੜੇ ਟੌਹਰ ਦੇ ਨਾਲ ਸ਼ਸਤਰ ਬਸਤਰ ਲਾ ਕੇ ਆਇਆ। ਤੇ ਜਦੋਂ ਆਇਆ ਤੇ ਉਹ ਟਾਈਮ ਕਥਾ ਦਾ ਹੋਇਆ ਸੀ, ਮਹਾਰਾਜ ਜੀ ਸਿੰਘ ਕਥਾ ਬੈਠੇ ਹੋਏ ਸਨ। ਤੇ ਉਹ ਬਾਹਰ ਜਿਹੜਾ ਪਹਿਰੇਦਾਰ ਸੀ ਉਹਨੇ ਉਹਨੂੰ ਰੋਕਿਆ ਕਿ ਤੂੰ ਪਿੱਛੇ ਹਟ ਜੇ, ਉਹਨਾਂ ਦੇ ਵਰਦੀ ਲਾ ਕੇ ਤੇ ਸ਼ਸਤਰ ਪਿੱਛੇ ਰੱਖ ਕੇ ਫਿਰ ਆ। ਉਹ ਕਥਾ ਆਇਆ, ਹੁਣ ਆਪੋ ਵਿੱਚ ਝਗੜਾ ਵੀ ਹੋਇਆ, ਪਰ ਨਹੀਂ ਮੇਰਾ ਪਹਿਰਾ ਮੇਰਾ, ਠੀਕ ਤੁਹਾਨੂੰ ਸੈਨਾਪਤੀ ਹੈ ਪਰ ਮੇਰੀ ਡਿਊਟੀ ਹੈ, ਮੈਂ ਤੈਨੂੰ ਮਹਾਰਾਜ ਬੈਠੇ ਅੰਦਰ, ਮਹਾਰਾਜ ਜੀ ਸਿੰਘ ਬੈਠੇ ਹੋਏ ਆ, ਕਥਾ ਸੁਣ ਰਹੇ ਆ, ਮੈਂ ਸ਼ਸਤਰ ਦੇ ਅੰਦਰ ਨਹੀਂ ਆਉਂਦਾ। ਉਹਦੀ ਹਾਨੀ ਹੋਈ, ਪਿੱਛਾ ਮੁੜ ਗਿਆ। ਤੇ ਬਾਅਦ ਚਲੋ ਜਦੋਂ ਮਹਾਰਾਜ ਜੀ ਸਿੰਘ ਜਗ ਤਖ਼ਤ ਤੇ ਬੈਠਾ ਤੇ ਮਿਲਣ ਵਾਸਤੇ ਆਇਆ ਤੇ ਮਹਾਰਾਜ ਜੀ ਸਿੰਘ ਨੇ ਉਹਨੂੰ ਕੋਈ ਏਡਾ ਖਿਆਲ ਨਾ ਕੀਤਾ ਵੀ ਨਾ ਬਹਿਜਾ ਖਲੋ ਜਾ ਗਿਆ, ਤੇ ਨਾ ਉਹਦਾ ਖਿਆਲ ਨਾ ਜੀ ਆਇਆ ਇਹਨੂੰ ਆਖਿਆ। ਬੜਾ ਹੈਰਾਨ ਹੋਇਆ ਕਿ ਨਾ ਤੇ ਮੇਰੀ ਇੱਥੇ ਹਾਨੀ ਹੋਈ ਆ, ਨਾ ਇਹਨਾਂ ਨੂੰ ਜੀ ਆ ਗਿਆ। ਤੇ ਕਹਿੰਦਾ ਮਹਾਰਾਜ ਜੀ ਸਿੰਘ, ਕਹਿੰਦਾ ਮਹਾਰਾਜ ਜੀ ਮੈਂ ਕੋਈ ਵਜਨ ਕਰਨਾ ਕਿਤੇ ਕਰ ਲਓ। ਕਹਿੰਦਾ ਇਹ ਦੱਸੋ ਕਿ ਤੁਸੀਂ ਪਹਿਲਾਂ ਮੇਰਾ ਇੰਨਾ ਸਤਿਕਾਰ ਕਰਦੇ ਸੋ, ਅੱਜ ਤੁਸੀਂ ਮੇਰਾ ਸਤਿਕਾਰ ਨਹੀਂ ਕੀਤਾ, ਮੈਨੂੰ ਜੀ ਆਇਆ ਨਹੀਂ ਗਿਆ। ਮਹਾਰਾਜ ਜੀ ਸਿੰਘ ਕਹਿੰਦੇ ਕਿ ਭਾਈ ਪਹਿਲੋਂ ਤੂੰ ਗੁਰੂ ਗ੍ਰੰਥ ਸਾਹਿਬ ਦਾ ਵਜੀਦ ਸੀ, ਅਸੀਂ ਤੇਰਾ ਤਾਂ ਕਰਕੇ ਸਤਿਕਾਰ ਕਰਦੇ ਸੋ, ਅੱਜ ਤੂੰ ਸਾਡਾ ਨੌਕਰ, ਨੌਕਰ ਦਾ ਕਾਹਦਾ ਸਤਿਕਾਰ ਹੁੰਦਾ। ਫਿਰ ਪਛਤਾਇਆ, ਪਛਤਾਇਆ, ਕਹਿੰਦਾ ਮੈਂ ਤੇ ਸੋਹਣੇ ਪਿੱਛੋਂ ਥੱਲੇ ਆ ਭਾਵ ਕਿ ਗੁਰੂ ਘਰ ਵਿੱਚ ਜਿਹੜਾ ਰਹਿ ਕੇ ਆ ਮਹਾਂਪੁਰਖਾਂ ਦਿੰਦੇ ਵੀ ਜਿਹੜਾ ਬਾਬਾ ਜਿਹੜਾ ਗ੍ਰੰਥੀ ਸਿੰਘ ਹੈ ਇਹਦਾ ਇੰਨਾ ਸਤਿਕਾਰ ਜਿੰਨਾ ਬਾਬਾ ਬੁੱਢਾ ਜੀ ਦਾ ਰਹਿ ਕੇ, ਜਿੱਦਾਂ ਬਾਬਾ ਬੁੱਢਾ ਜੀ ਦਾ ਅੰਮ੍ਰਿਤਸਰ ਦਾ ਸਤਿਕਾਰ ਗੁਰੂ ਘਰ ਹੁੰਦਾ ਸੀ। ਕੋਈ ਬਚਨ ਕਾਰਨ ਦੱਸਿਆ ਨਾ, ਜਦੋਂ ਬਾਬਾ ਜੇਠਾ ਨੇ ਕਿਹਾ ਗਿਆ ਛਕਦੀ ਉਠਾਉਣ ਦਾ, ਜਦੋਂ ਬਾਬਾ ਬੁੱਢਾ ਜੀ ਇਸ਼ਾਰਾ ਕੀਤਾ, ਬਾਬਾ ਬੁੱਢਾ ਜੀ ਮਾਲਕ ਨੂੰ ਕਿਹਾ ਸੀ ਮੈਂ ਤਾਂ ਕਰਕੇ ਕੰਮ ਕੀਤਾ, ਤੇ ਉਸੇ ਬਾਬਾ ਜੀ ਸਤਿਗੁਰੂ ਅੱਗੋਂ ਬੋਲੇ ਚੁੱਪ ਹੋ ਰਿਹਾ। ਸੋ ਇੱਦਾਂ ਭਾਵ ਕਿ ਜਿਹੜਾ ਗ੍ਰੰਥੀ ਸਿੰਘ ਇਹਦਾ ਸਤਿਕਾਰ ਗ੍ਰੰਥੀ ਸਿੰਘ, ਕੋਈ ਵੀ ਸਾਰੇ ਪ੍ਰਬੰਧਕ ਜਿਹੜੇ ਹੈ, ਮੈਂ ਗੱਲ ਪ੍ਰਧਾਨ ਦੀ ਗੱਲ ਕਰ ਰਿਹਾ ਸਾਨੂੰ, ਪਿਛਲੇ ਕਨਵੈਨਸ਼ਨ ਹੋਇਆ ਸੀਗਾ, ਤੇ ਕਹਿੰਦੇ ਪ੍ਰਧਾਨ ਸਾਹਿਬ ਜੀ ਆ ਗਏ ਹੈ, ਤੇ ਪ੍ਰਧਾਨ ਸਾਹਿਬ ਕਹਿੰਦੇ ਨਹੀਂ ਮੈਂ ਤੇ ਜੀ ਸੇਵਾਦਾਰ ਹੀ ਹਾਂ। ਉਹ ਕਹਿੰਦੇ ਪ੍ਰਧਾਨ ਹੈ ਤੇ ਉਹ ਸੇਵਾਦਾਰ ਹੈ, ਮਿਹਰ ਤੁਸੀਂ ਇੱਦਾਂ ਬਹੁਤਾ ਬਹਿਸ ਨਾ ਕਰੋ, ਇਹ ਸਾਰਾ ਆਲਸੀ ਕੀ ਬਣਦਾ ਹੈ। ਪ੍ਰਧਾਨ ਦਾ ਸੇਵਾ ਦਾ ਪ੍ਰਧਾਨ ਹੈ ਕਿ ਆਪਣਾ ਜਿਹੜਾ ਪਰਾਏ ਦਾਨ ਵਾਸਤੇ ਸਰੀਰ ਲਾਤਾ ਹੈ, ਦਾਨ ਕਰਤਾ, ਸਰੀਰ ਨੂੰ ਦਾਨ ਕਰਤਾ ਪ੍ਰਧਾਨ, ਵੀ ਪਰਾਏ ਕੰਮ ਵਾਸਤੇ ਸੰਗਤਾਂ ਦੇ ਭਲੇ ਵਾਸਤੇ ਆਮ ਗੁਰਦੁਆਰਾ ਬਣਾਉਣਾ, ਸਾਰਾ ਪ੍ਰਬੰਧ ਜਿਹੜਾ ਸਾਹਮਣਾ ਹੈ। ਸੋ ਇੱਦਾਂ ਕਰਕੇ ਸੇਵਾ ਮਹਿਰ ਕਰ, ਸੇਵਾ ਦੀ ਸਾਰੀ ਹੈ। ਸੋ ਇੱਦਾਂ ਕਰਕੇ ਫਿਰ ਕਹਿੰਦੇ ਠੀਕ ਹੈ। ਸੋ ਵਜਨ ਕਰ ਰਿਹਾ ਸਾਰਾ, ਜਿਹੜੇ ਗੁਰੂ ਕੇ ਪਿਆਰੇ ਗੁਰੂ ਘਰ ਸੇਵਾ ਕਰਦੇ ਹੈ, ਸਿਮਰਨ ਕਰਦੇ ਹੈ, ਜਾਣ ਕੇ ਸੰਗਤ ਕਰਦੇ ਹੈ, ਸਤਿਕਾਰਯੋਗ ਨੇ। ਸੋ ਵਜਨ ਕਰ ਕਹਿੰਦਾ ਕਿ ਇਹਨਾਂ ਮੌਲਵੀ ਵੱਡਾ ਕਿ ਫਕਰ ਵੱਡਾ ਹੈ। ਕਹਿੰਦੇ ਪਰ ਕਰ ਲਓ, ਪਰ ਕਿੱਦਾਂ ਪਤਾ ਲਓ, ਕੋਈ ਬੰਦਾ ਜਿੰਨਾ ਚ ਆਪਾਂ ਕਿਸੇ ਸੰਗਤ ਨਹੀਂ ਕਰਦੇ, ਆਪਾਂ ਸ਼ਬਦ ਨਹੀਂ ਲਾਉਂਦਾ, ਕੀ ਪਤਾ ਖਿਆਲ ਕਿੱਥੇ ਗਿਆ, ਕਿੱਥੇ ਕੁ ਖਲੋਤਾ ਹੋਇਆ, ਕਿੰਨਾ ਕੁ ਦਾ ਜੀਵਨ ਆ। ਸੋ ਇੱਦਾਂ ਕਰਕੇ ਸੰਗਤ ਮਹਾਂਪੁਰਖ ਘੱਟ ਤੋਂ ਘੱਟ ਕਿਸੇ ਮਹਾਂਪੁਰਖ ਸੰਗਤ ਕਰਨੀ ਹੋਵੇ ਤੇ ਅੱਠ ਅੱਠ ਪਹਿਲ ਸੰਗਤ ਕਰੀਏ ਰਾਤ ਦਿਨ, ਤੇ ਫਿਰ ਖਾਸ ਕਰਕੇ ਜੀਵਨ ਦਾ ਪਤਾ ਲੱਗ ਜਾਂਦਾ ਹੈ ਕਿ ਇਹਦਾ ਕਿੰਨਾ ਕੁ ਜੀਵਨ ਆ, ਕਿੰਨੇ ਵਜੇ ਉੱਠਦਾ ਹੈ, ਕਿੰਨੇ ਵਜੇ ਸੌਂਦਾ ਹੈ, ਸਾਰਾ ਦਿਨ ਕੀ ਕਰਦਾ ਹੈ, ਸਾਰਾ ਦਿਨ ਆਹ ਸੰਗਤ ਨਾਲ ਕਿੱਦਾਂ ਦੇ ਖਿਆਲ ਹੈ, ਤੇ ਫਿਰ ਸਮਝ ਪੈ ਜਾਂਦੀ ਹੈ ਕਿ ਕਿੱਥੇ ਕਿਹੜਾ ਟਿਕਿਆ ਹੋਇਆ। ਇੱਦਾਂ ਬਜਣਾ ਕਿਹਾ ਕਿ ਪਰ ਕਰ ਲਓ, ਕਹਿੰਦੇ ਪਰ ਕਿੰਨਾ ਕਰੀਏ, ਰੋਟੀ ਕਰੋ ਰਾਤੀ, ਰੋਟੀ ਤੋਂ ਪਤਾ ਲੱਗਦਾ ਹੈ ਜਦੋਂ ਰੋਟੀ ਕਿਸੇ ਕਰੋ ਕਿ ਰੋਟੀ ਇਹ ਕੀ ਮੰਗ ਰੱਖਦੇ ਹੈ, ਕੀ ਖਾਂਦੇ ਹੈ, ਜਾਣੀ ਕਿ ਮਹਾਨ ਮਹਾਂਪੁਰਖ ਕਹਿੰਦੇ ਰੋਟੀ ਐਸੀ ਮਹਾਂਪੁਰਖਾਂ ਦੇ ਹੋਣੀ ਚਾਹੀਦੀ ਹੈ ਕਿ ਜਿੱਦਾਂ ਦਾ ਕੋਈ ਬਣਾ ਲਿਆ ਸੱਤ ਨਾ ਵਾਹਿਗੁਰੂ ਕਰਕੇ ਛਕ ਲਏ, ਜੇ ਚੰਗਾ ਬਣਿਆ ਤਾਂ ਵੀ ਨਾ ਕਿ ਕਿਉਂ ਬਣਾਇਆ, ਜੇ ਚੰਗਾ ਕਿਉਂ ਏਡਾ ਵਧੀਆ ਬਣਾਇਆ, ਜੇ ਕੋਈ ਵਸਤੂ ਬਣੀ ਹੈ ਮੈਂ ਚਾਰ ਨਾ ਖਾ ਲਿਆ ਤਾਂ ਵੀ ਨਾ ਕਿ ਸਬਜ਼ੀ ਕਿਉਂ ਨਹੀਂ ਨਾਲ ਬਣਾਈ। ਸੋ ਇੱਦਾਂ ਕਰਕੇ ਇਹੋ ਜਿਹੀ ਵਸਤਾ ਬਣ ਜਾਵੇ। ਸੋ ਇੱਦਾਂ ਕਰਕੇ ਮਾਈ ਜੀ ਕਹਿੰਦੇ ਹੈ, ਤੇ ਇਹ ਨਹੀਂ ਮੈਂ ਭੁੱਖ ਵੀ ਨਹੀਂ ਭੁੱਖ, ਤੇ ਜਦੋਂ ਗੁਰੂ ਚਲੇ ਗਏ ਕਿਸੇ ਦੇ ਘਰ, ਇਹ ਨਹੀਂ ਕਹਿਣਾ ਕਿ ਨਹੀਂ ਛਕਣਾ, ਥੋੜ੍ਹੇ ਤੋਂ ਥੋੜ੍ਹਾ ਛਕ ਲੈ, ਥੋੜ੍ਹਾ ਥੋੜ੍ਹਾ ਛਕ ਲੈ। ਸੋ ਇੱਦਾਂ ਕਰਕੇ ਜਦੋਂ ਉਹਨਾਂ ਨੇ ਪਰਖ ਹੋਈ ਤੇ ਜਦੋਂ ਉਹਨਾਂ ਨੂੰ ਲੰਗਰ ਪਾਣੀ ਬਣਾਤਾ, ਮੇਜ਼ ਕਹਿੰਦੇ ਲਾ ਤੇ, ਕੁਰਸੀਆਂ ਡਾਹ ਤੀਆਂ, ਤੇ ਕਹਿੰਦੇ ਉਹਨਾਂ ਫਿਰ ਮੌਲਵੀਆਂ ਨੂੰ ਪਹਿਲਾਂ ਸੱਦਿਆ ਕਿ ਮੌਲਵੀ ਨੂੰ ਪਹਿਲਾਂ ਸੱਦੋ, ਤਰਾਜ ਨਾ ਕਰਨਗੇ ਸਾਨੂੰ, ਪਹਿਲਾਂ ਕਿਉਂ ਨਹੀਂ ਸੱਦਿਆ। ਜਦੋਂ ਮੌਲਵੀ ਆਏ ਤੇ ਮੌਲਵੀ ਅੱਗੇ ਆਉਂਦਾ, ਇਹਨੂੰ ਕਹਿੰਦੇ ਮੌਲਵੀ ਸਾਹਿਬ ਜੀ ਵੱਡਾ ਤੁਹਾਡੇ ਕਿਹੜਾ, ਕਹਿੰਦਾ ਜੀ ਮੈਂ ਵੱਡਾ, ਬਾਕੀ ਸਾਰੇ ਸੇਵਾ ਦਾ ਪਿੱਛੇ ਆ ਰਹੇ ਨੇ। ਕਹਿੰਦੇ ਜਾ ਕਰ ਮਾਂ, ਫਿਰ ਉਹਨੇ ਕਿਹਾ ਮਾਂ ਕੀਤੀ, ਕਹਿੰਦਾ ਉਹਨਾਂ ਬਾਂਹ ਫੱਟੀਆਂ ਬੰਨਤੀਆਂ, ਇੱਦਾਂ ਕਹਿੰਦਾ ਫੱਟੀਆਂ ਬੰਨਦੀਆਂ ਤੋਂ ਹੀ ਮੰਨੀ, ਐ ਬਾਂਹ ਸਿੱਧੀਆਂ ਕਰਕੇ ਫੱਟੀਆਂ ਬੰਨ ਕੇ ਅੰਦਰ ਲਗਾ ਦਿੱਤੇ। ਉਹ ਜਾ ਕੇ ਮੇਚਾਂ ਤੇ ਬਹਿ ਗਏ, ਹੁਣ ਦੇਖਾਓ ਗੁਲਾਸ ਜੀ ਖਾਣਗੇ, ਤਾਂ ਹੁਣ ਮਾਂ ਦੇ ਐਂ ਵਧੀਆਂ ਹੋਈਆਂ, ਐਂ ਬੋਲਣ ਦੇ ਖਾਣ।
ਉਹ ਵਧੀਆਂ ਹੋਈਆਂ ਟਾਈਮ ਰੱਖਿਆ ਗਿਆ ਇੰਨਾ ਚਿਰ ਤੁਸੀਂ ਅੰਤਮਾ ਸ਼ਗਰਾਣਾ ਜਦੋਂ ਟਾਈਮ ਲੰਘ ਗਿਆ ਤੇ ਕਹਿੰਦੇ ਆ ਕਿ ਉੱਠੋ ਜੀ ਠੀਕ ਹੈ ਹੁਣ ਟਾਈਮ ਹੋ ਗਿਆ ਬਾਹਰੇ ਭੁੱਖੇ ਬਣੇ ਵਿਚਾਰੇ ਉੱਧਰ ਆ ਗਏ ਫੱਕਰ ਤੇ ਇਹਨਾਂ ਜਦੋਂ ਗਾਇਰ ਜਿਹੜਾ ਗਿਆ ਮੈਂ ਵੱਡਾ ਹੈ ਕਹਿੰਦਾ ਮਗਧ ਸੇਵਾਦਾਰ ਆ ਰਹੇ ਨੇ ਕਹਿੰਦਾ ਅੱਗੇ ਕਹਿੰਦਾ ਅੱਗੇ ਤਾਂ ਅੱਗੇ ਸੇਵਾਦਾਰ ਨੇ ਮੈਂ ਵੱਡਾ ਹੁਣ ਮੌਲਵੀਆਂ ਸਾਰਿਆਂ ਆਪਣੇ ਵੱਡੇ ਹੀ ਗਏ ਕਿ ਮੈਂ ਹੀ ਵੱਡਾ ਹੈ ਜਿਹੜੇ ਗਾੜੀ ਜਾਣ ਵੀ ਸਿਰਾ ਜਾਣ ਜਿਹੜੇ ਕੋਈ ਪਿੱਛੇ ਹੋਣੇ ਸੇਵਾਦਾਰ ਹੁੰਦੇ ਆ ਇਹ ਜਿੰਨੇ ਮੌਲਵੀ ਸਾਰੇ ਗਏ ਮੈਂ ਹੀ ਵੱਡਾ ਬਾਕੀ ਸਾਰੇ ਲੱਗੇ ਆ ਪਰ ਉਹ ਭੁੱਖੇ ਉੱਠ ਕੇ ਚਲੇ ਗਏ ਮਗਰੋਂ ਆ ਗਏ ਫੱਕਰ ਜੇ ਫੱਕਰ ਗਾੜੀ ਆਏ ਤੇ ਉਹਨਾਂ ਅੱਗੇ ਫੱਕਰ ਆਉਂਦਾ ਜਿਹਨੂੰ ਗਿਆ ਸੁਣਾ ਵੀ ਫੱਕਰ ਸਾਹਿਬ ਵੀ ਤਾਰੇ ਵੱਡਾ ਕਿਹੜਾ ਕਹਿੰਦੇ ਵੱਡੇ ਦੇ ਮਹਾਂਪੁਰਸ਼ ਪਿੱਛੇ ਆਉਂਦੇ ਮੈਂ ਤੇ ਸੇਵਾਦਾਰ ਹਾਂ ਲੰਘ ਗਿਆ ਜਿਹਨੂੰ ਕਹਿਣ ਤੂੰ ਸੁਣਾ ਵੀ ਫੱਕਰ ਕਿ ਵੱਡਾ ਕਿਹੜਾ ਉਹਨੇ ਮੈਨੂੰ ਫੱਕਰ ਹੋਗਾ ਅੱਗੇ ਲੰਘ ਗਿਆ ਮੈਂ ਤੇ ਪਿੱਛੇ ਆ ਰਿਹਾ ਇੱਦਾਂ ਸਾਰਿਆਂ ਨੂੰ ਦੂਜਿਆਂ ਨੂੰ ਵੱਡਾ ਗਿਆ ਆਪ ਸਾਰੇ ਨਿੱਕਾ ਗਿਆ ਵਾਹਿਗੁਰੂ ਕੁਰਸੀ ਉਹਨੇ ਬਾਂਹ ਬੰਨਦੀ ਇੱਦਾਂ ਫੱਟੀਆਂ ਲਾ ਕੇ ਬੰਨੀ ਗਏ ਜਾ ਕੇ ਬਹਿ ਗਏ ਮੇਚਾਂ ਤੇ ਜਾ ਕੇ ਸਾਰੇ ਫੱਕਰ ਮੇਚਾਂ ਤੇ ਬਹਿ ਗਏ ਤੇ ਉਹਨਾਂ ਵੇਖਿਆ ਵੀ ਬਾਂਹ ਦੇ ਬੰਦੀਆਂ ਪਿੱਛਾ ਮੁੜਨੀਆਂ ਨੀ ਉਹਨਾਂ ਫੜਿਆ ਚਮਚਾ ਤੇ ਫੜੀ ਖੀਰ ਦੀ ਚਮਚਾ ਤੇ ਦੂਜੇ ਦੇ ਮੂੰਹ ਚ ਪਾਤਾ ਉਹਨੇ ਫੜਿਆ ਉਹਦੇ ਮੂੰਹ ਚ ਪਾਤਾ ਰੱਜ ਕੇ ਬਾਹਰ ਆ ਗਏ ਕਹਿੰਦਾ ਇਹ ਵੱਡੇ ਵੀ ਕਿੰਨਾ ਇਹਨਾਂ ਦੇ ਆਪਸ ਚ ਪਿਆਰ ਆ ਕਿ ਦੂਜੇ ਨੂੰ ਛਕਾ ਕੇ ਬਾਹਰ ਆ ਸਕਦੇ ਇਸ ਵਕਤ ਦਾ ਭਾਵ ਫਿਰ ਮਾਰੀ ਬੜੀ ਸਲੋਕ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਹਾਂਜੀ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਐਸੀ ਕਿਰਪਾ ਕਰੋ ਮਨ ਮਨ ਨੂੰ ਇੰਨੀ ਸ਼ਾਂਤੀ ਆ ਜਾਏ ਕਿ ਅਸੀਂ ਦਾਸਾਂ ਦੇ ਦਾਸ ਬਣ ਜਾਈਏ ਸੇਵਕਾਂ ਦੇ ਸੇਵਕ ਬਣ ਜਾਈਏ ਵੱਡਾ ਆਪਣਾ ਛੱਡ ਦਈਏ ਤੇ ਫਿਰ ਸਾਨੂੰ ਬਖਸ਼ਿਸ਼ ਹੁੰਦੀ ਹੈ ਪੌੜੀ ਛੱਛਾ ਸ਼ੋਹਰੇ ਦਾਸ ਤੁਮਾਰੇ ਐਸੀ ਕਿਰਪਾ ਬਣ ਗਏ ਸ਼ੁਕਰੂ ਕਰਦੇ ਅਸੀਂ ਸ਼ੋਹਰੇ ਸੇਵਕ ਬਣ ਜਾਈਏ ਗੁਰੂ ਦੇ ਦਾਸ ਬਣ ਜਾਈਏ ਗੁਰੂ ਦੇ ਸੇਵਕਾਂ ਦੇ ਸੇਵਕ ਬਣ ਜਾਈਏ ਅਸੀਂ ਵਸਦਾ ਗੁਰਸਿੱਖ ਦੀ ਹੋ ਜਾਵੇ ਦਾਸ ਦਾਸਨ ਕੇ ਪਾਣੀ ਹਾਰੇ ਇਹ ਜਿਹੜੇ ਗੁਰੂ ਘਰ ਦੇ ਦਾਸ ਪਾਣੀ ਹਾਰ ਬਣ ਜਾਈਏ ਦੱਸੇ ਕਿ ਪਾਣੀ ਢੋਣਾ ਖਾ ਫਿਰੀ ਪਾਣੀ ਢੋਣਾ ਗੁਰਬਾਣੀ ਪੱਖਾ ਝਰਨਾ ਪਾਣੀ ਢੋਣਾ ਬਹੁਤ ਜ਼ਿਆਦਾ ਭਾਈ ਗੁਰਦਾਸ ਜੀ ਕੁਵਾਰਾ ਜੰਮਦਾ ਸਿੱਖ ਕੋ ਪਲਾਏ ਪਾਣੀ ਭੋਗ ਕਰ ਕਰਖੇ ਸਸਮੇ ਜਬ ਸਿੱਖ ਕੋ ਜਾਏ ਕਿ ਸਿੱਖ ਨੂੰ ਸ਼ਰਧਾ ਭਾਵਨਾ ਪਾਣੀ ਪਿਆ ਦਿਓ ਜੇ ਉਹਦਾ ਅਸਰ ਪ੍ਰਸ਼ਾਦਾ ਛਕਾ ਦਿਓ ਕਦੇ ਕਦੇ ਸਾਖੀ ਚਾਹੁੰਦਾ ਗੁਰੂ ਨਾਨਕ ਸਾਖੀ ਵਿੱਚ ਮਰਦਾਨਾ ਕਹਿੰਦਾ ਮਾਰੇ ਕੁਛ ਨੀ ਪ੍ਰਸ਼ਾਦਾ ਜੇ ਉਹ ਕਿ ਛਕੋ ਜਿੱਥੇ ਭਾਈ ਕਹਿੰਦੇ ਕਿ ਗੁਰੂ ਕੇ ਸਿੱਖ ਨੂੰ ਸ਼ਰਧਾ ਭਾਵਨਾ ਨਾਲ ਪਾਣੀ ਪਿਆ ਦੇਣਾ ਤੇ ਪ੍ਰਸ਼ਾਦਾ ਛਕਾ ਦੇਣਾ ਤੇ ਕਰਸ਼ੇਤਰ ਸਮੇਜਾ ਕਰ ਗਿਆ ਏਡਾ ਪੁੰਨਿਆ ਏਡਾ ਪੁੰਨਿਆ ਸਿੱਖ ਪੱਖਾ ਵੀ ਪਾਣੀ ਢੋਣਾ ਇੱਥੇ ਕਹਿੰਦਾ ਮਾਰੇ ਐਸੀ ਕਿਰਪਾ ਗੁਰਸਿੱਖ ਤੇ ਹੋ ਜਾਵੇ ਕਿ ਗੁਰੂ ਪਾਣੀ ਹਾਰ ਬਣ ਜਾਏ ਸੇਵਕਾਂ ਦਾ ਸੇਵਾ ਪਾਣੀ ਢੋਵੇ ਪਾਣੀ ਪਿਆ ਜਿੰਨਾ ਜਿੰਨਾ ਭਾਵਨਾ ਬਣ ਗਈ ਸੀ ਕਿਸੇ ਵੀ ਸੇਵਾ ਕੀਤੀ ਹੈ ਜੇ ਕੋਈ ਬਜ਼ੁਰਗ ਹੈ ਜੇ ਕੋਈ ਮਾਈ ਹੈ ਮਾਈ ਸੇਵਾ ਹੋਈ ਕਥਾ ਪਿੱਛੇ ਨਹੀਂ ਇਹਦੀ ਤੋ ਕਾਬਲ ਦੇ ਰਹਿਣ ਵਾਲੀ ਸੀ ਰਜਾਨਾ ਆਣ ਕੇ ਉਹਨੇ ਇੱਥੇ ਗੋਬਿੰਦਵਾਲ ਸਾਹਿਬ ਆਉਣਾ ਤੇ ਸਾਰਾ ਦਿਨ ਸੇਵਾ ਕਰਨੀ ਇੱਕ ਮਿੰਟ ਨਹੀਂ ਖਲੋਣਾ ਸਾਰਾ ਦਿਨ ਸੇਵਾ ਕਰਦੀ ਰਹਿਣਾ ਤੇ ਸੇਵਾ ਕਰਦਿਆਂ ਕਿਹਦਾ ਐਂ ਬਾਹਾਂ 'ਚ ਮਾਰਨੀ ਬਾਹਾਂ 'ਚ ਪਰਨਾ ਸਗਾਈ ਦਾ ਐਂ ਕਰਕੇ ਬਾਹਾਂ ਮਾਰਨੀਆਂ ਤੇ ਅਗਾਂਹ ਬਿਰਤੀ ਦਾ ਸਾਰਾ ਦਿਨ ਸੇਵਾ ਕਰਨੀ ਜਦੋਂ ਸ਼ਾਮਾਂ ਪੈਣੀਆਂ ਤੇ ਜਦੋਂ ਵੇਖਣਾ ਤੇ ਜਲ ਪਾਣੀ ਸਾਰਾ ਵਰਤਣਾ ਪੰਜ ਛਨਾਣਾ ਕਰਨਾ ਤੇ ਮੁੜ ਕੇ ਵੇਖਣਾ ਤੇ ਉਹ ਮਾਈ ਨੇ ਅਰਦਾਸ ਕਰਨੀ ਅਰਦਾਸ ਕਰਦਿਆਂ ਕਰਦਿਆਂ ਨੇ ਇੱਕਦਮ ਪਾਉਣ ਹੋਵੇ ਤਾਂ ਦੂਸਰੋਂ ਹਟ ਜਾਣਾ ਸੰਗਤਾਂ ਬੜੀਆਂ ਹੈਰਾਨ ਕਿ ਪਤਾ ਨਹੀਂ ਕੌਣ ਹੈ ਉਹ ਦੇਵਤਾ ਆਣ ਕੇ ਸੇਵਾ ਕਰਦਾ ਸਾਰਾ ਦਿਨ ਸੇਵਾ ਕਰਦੀ ਹੈ ਜਦੋਂ ਸ਼ਾਮਾਂ ਪੈਂਦੀਆਂ ਨੇ ਇਹ ਪੌਣ ਹੋ ਜਾਂਦੀ ਹੈ ਪਤਾ ਨਹੀਂ ਲੱਗਦਾ ਜਦੋਂ ਇੱਦਾਂ ਕਰਕੇ ਮਹਾਵ ਕਈ ਦਿਨ ਲੰਘ ਗਏ ਇੱਦਾਂ ਸੇਵਾ ਕਰਦੇ ਜੋ ਸੇਵਾ ਨੇ ਬਿਰਤੀ ਕਾਕਰ ਕਰਕੇ ਸੇਵਾ ਕਰਨੀ ਸਤਨਾਮ ਵਾਲੇ ਜਾਪ ਕਰਦੀ ਹਨ ਪੱਜ ਪੱਜ ਕੇ ਸਾਰਾ ਦਿਨ ਸੇਵਾ ਕਰਨੀ ਬੌਲੀ ਸਾਹਿਬ ਦੀ ਕਿਉਂਕਿ ਮਹਾਰਾਜ ਬੌਲੀ ਸਾਹਿਬ ਸੇਵਾ ਆਰੰਭ ਕੀਤੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਤੇ ਪਹਿਲਾਂ ਕਿਹਾ ਸੀ ਜਿਹੜਾ ਤੇ ਬੌਲੀ ਸਾਹਿਬ ਸੇਵਾ ਸ਼ਰਧਾ ਨਾਲ ਕਰੇਗਾ ਨਾ ਹੁਣ ਸਿੱਧ ਪਤ ਮਿਲੇ ਉਹਨੂੰ ਗਿਆਨ ਦੀ ਪ੍ਰਾਪਤੀ ਹੋਏਗੀ ਸੋ ਇੱਦਾਂ ਕਰਕੇ ਜਿਹਨਾਂ ਜਿਹਨਾਂ ਸੇਵਾ ਕੀਤੀ ਫਿਰ ਬਾਈ ਬਾਹੀਆਂ ਦੀ ਬਾਹੀਆਂ ਬਖਸ਼ੀ ਹੋਈ ਬਾਈ ਫਿਰ ਬਾਈ ਮੰਜੀਆਂ ਸਾਬੀਆਂ ਮਹਾਰਾਜ ਨੇ ਤੇ ਬਾਹੀਆਂ ਨੇ ਫਿਰ ਬਾਹੀਆਂ ਸੂਬੇ ਸੂਬੇ 'ਚ ਪ੍ਰਚਾਰ ਭੇਜਿਆ ਸਿੱਖੀ ਦਾ ਪ੍ਰਚਾਰ ਕਰਨਾ ਉਹਨਾਂ ਬਾਹੀਆਂ 'ਚ ਮਾਈ ਸੇਵਾ ਹੋਈ ਹੈ ਸੋ ਇੱਦਾਂ ਕਰਕੇ ਮਾਈ ਨੇ ਸਾਰਾ ਸੇਵਾ ਕਰਨੀ ਸ਼ਾਮਾਂ ਪੈਣ ਸਮਾਰ ਜਾਣਾ ਜਦੋਂ ਸਵੇਰੇ ਵੇਖਣਾ ਤੇ ਸੰਗਤਾਂ ਆਉਣੀਆਂ ਤੇ ਸੰਗਤਾਂ ਦੇ ਨਾਲ ਹੀ ਫਿਰ ਉਹਨੇ ਸੇਵਾ ਕਰਨ ਲਈ ਹੁਣ ਸੰਗਤਾਂ ਬੜੀਆਂ ਹੈਰਾਨ ਇਹਨੂੰ ਸਤਿਗੁਰੂ ਹੋ ਗਿਆ ਸੰਗਤ ਇਕੱਠੀ ਹੋ ਗਈ ਕਿ ਮਹਾਰਾਜ ਜੀ ਇੱਦਾਂ ਮਾਈ ਹੈ ਸੇਵਾ ਕਰਦੀ ਹੈ ਸਾਰਾ ਦਿਨ ਸੇਵਾ ਕਰਦੀ ਹੈ ਤੇ ਇਹ ਕਰਕੇ ਬਾਹਾਂ ਮਾਰਦੀ ਹੈ ਪਰਨਾ ਸਕਾਈ ਦਾ ਪਰਨਾ ਹੱਥ 'ਚ ਹੁੰਦਾ ਵੀ ਨਹੀਂ ਗਾ ਕਦੇ ਕਦੇ ਆਹ ਛਾਤੀ ਨੂੰ ਹੱਥ ਮਾਰਦੀ ਹੈ ਸੋ ਇੱਦਾਂ ਕਰਕੇ ਮਹਾਰਾਜ ਸਾਰਾ ਦਿਨ ਸੇਵਾ ਕਰਦੀ ਹੈ ਜਦੋਂ ਸ਼ਾਮਾਂ ਪੈਂਦੀਆਂ ਦਸੋਂ ਹਟ ਜਾਂਦੀ ਪਤਾ ਨਹੀਂ ਲੱਗਦਾ ਸਵੇਰੇ ਸੇਵਾ ਸੰਗਤ ਆਉਂਦੀ ਫਿਰ ਸਰਨਾ ਲੱਗੀ ਹੁੰਦੀ ਸੇਵਾ ਕਰਨ ਮਾਰ ਕੀ ਭਾਈ ਕੀ ਇਹਦਾ ਖਿਆਲ ਦੱਸੋ ਤੇ ਮਾਰੀ ਇਹਨੂੰ ਸੱਦੋ ਉਹਨੂੰ ਪੁੱਛ ਲਓ ਬਾਈ ਜਦੋਂ ਮਾਈ ਸੇਵਾ ਨੂੰ ਸੱਦਿਆ ਤੇ ਮਾਰੇ ਕਹਿੰਦੇ ਮਾਈ ਸੇਵਾ ਤੂੰ ਕੌਣ ਹੈ ਕਿੱਥੋਂ ਆਉਣੀ ਹੈ ਕਿੱਦਾਂ ਬਾਹਾਂ ਕਿਉਂ ਮਾਰਦੀਆਂ ਚਲਾ ਬਾਹਾਂ ਪੰਜਾਬ ਪਰਮਾ ਝੜੀਦਾ ਉਹ ਕਹਿੰਦੇ ਮਹਾਰਾਜ ਮੈਂ ਪਤ ਸੇਵਕ ਆ ਆਪਦੇ ਪਤੀ ਦੀ ਸੇਵਕ ਆ ਮੈਂ ਪਤੀ ਸੇਵਾ ਕਰਦੇ ਹਾਂ ਮੈਂ ਕਾਹਲੀ ਵਜੇ ਦਾ ਨਾਨੀ ਦਾ ਵਜੇ ਦੱਸਿਆ ਸੀ ਨਾ
ਕਿ ਉਹਨੇ ਸੇਵਾ ਕੀਤੀ, ਸੇਵਾ ਕਰਦਿਆਂ ਕਰਦਿਆਂ ਭਾਵੇਂ ਉਸ ਨੇ ਛੱਡਣ ਲੱਗੇ ਸਨ ਨਾਨਾ ਜੀ ਤੇ ਉਹਨੇ ਪਕਾਰ ਕੀਤੀ ਕਿ ਛੱਡ ਕੇ ਚਲੇ ਜਿਹੜੇ ਉਹਦੀ ਪ੍ਰਕਾਰ ਦਰਗਾਹ ਰਹਿ ਗਈ ਨਾਨਾ ਸਾਡੇ ਵਿੱਚ ਢਿੱਲੀ ਤੁਰਨ ਫਿਰਨ ਡਹਿ ਗਏ ਤੇ ਬਾਅਦ ਚ ਉਸ ਉਹਨੇ ਪਹਿਲਾਂ ਸੀ ਛੱਡਿਆ ਤੇ ਬਾਬੇ ਸਾਰੀ ਕਿਰਿਆ ਦੀ ਕਰਕੇ ਤੇ ਫਿਰ ਬਾਅਦ ਇੱਕ ਮਹੀਨਾ ਬਾਅਦ ਸੀ ਛੱਡਿਆ। ਸਿੱਧਾ ਕਰਕੇ ਜਿਹੜੀ ਪਤ ਸੇਵਕ ਹੈ ਪਤੀ ਸੇਵਾ ਕਰਨ ਵਾਲੀ ਦਰਗਾਹ ਪਵਾ ਹੁੰਦੀ ਹੈ। ਅੱਜ ਇੱਕ ਬਚਨ ਹੋ ਰਿਹਾ ਸੀ ਮਾਇਆ ਇਹ ਦੋਵਾਂ ਧਿਰਾਂ ਵਾਸਤੇ ਉਹ ਬਚਨ ਕੀ ਕੀਤਾ ਸੀ ਕਿ ਆਗਿਆ ਜਿਹੜਾ ਮੈਂ ਆਗਿਆ ਜਿਹੜਾ ਦੋਵਾਂ ਧਿਰਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਨਾਲ ਪ੍ਰਕਰਮਾਂ ਹੋਈਆਂ ਹੁੰਦੀਆਂ ਨੇ ਦੋਵਾਂ ਵੱਧ ਜ਼ਿੰਮੇਵਾਰੀ ਹੈ। ਜੇ ਤਾਂ ਬਹੁਤ ਜਿਹੜੀ ਆ ਉਹ ਪਤੀ ਦੇ ਪ੍ਰਵਿਸ਼ਟ ਨਜ਼ਰ ਹੈ ਮੁੰਦੀ ਹੈ ਜ਼ਿਆਦਾ ਮੁੰਦੀ ਹੈ ਉਹਨੂੰ ਪਤੀ ਦਾ ਪਤੀ ਆਪਦਾ ਪਤੀ ਨਹੀਂ ਸਮਝਦੇ ਉਹਦੇ ਨਜਾਇਜ਼ ਪਸ਼ੂ ਮੁੰਦੀ ਮੈਂ ਫਿਰ ਵੀ ਛੁਟਕਾਰਾ ਨਹੀਂ ਹੁੰਦਾ ਫਿਰ ਵੀ ਛੁਟਕਾਰਾ ਹੁੰਦਾ ਤੇ ਜਿਹੜਾ ਪਤੀ ਹੈ ਜੇ ਪਤੀ ਆ ਉਸਦੇ ਨਜਾਇਜ਼ ਹੁੰਦਾ ਤੇ ਉਹਦਾ ਛੁਟਕਾਰਾ ਨਹੀਂ ਹੁੰਦਾ। ਮੈਂ ਬੜੀ ਗੁੰਝਲ ਵਾਲੀ ਗੱਲ ਹੈ ਸੋ ਇੱਦਾਂ ਕਰਕੇ ਟਾਈਮ ਖੁੱਲ੍ਹਾ ਸੰਬੰਧਨ ਕਰਨ ਡਿਆ ਸਾਂ। ਸੋ ਇੱਦਾਂ ਕਰਕੇ ਇੱਥੇ ਦੱਸਿਆ ਕਿ ਜਦੋਂ ਫਿਰ ਉਹਨਾਂ ਨੇ ਪੁੱਛਿਆ ਮਹਾਰਾਜ ਕਿੱਥੋਂ ਦੀ ਹੈ ਕੌਣ ਹੈ ਤੇ ਸਾਧ ਨੂੰ ਪੁੱਛਿਆ ਨੇ ਕਿ ਮਹਾਰਾਜ ਨੂੰ ਪਤ ਸੇਵ ਗਿਆ ਮੈਂ ਕਾਬਜ ਰਹਿਣੀ ਤੇ ਮੈਂ ਆਪਦੇ ਪਤੀ ਦੀ ਸੇਵਾ ਕਰਕੇ ਅੰਨ ਪਾਣੀ ਬਣਾ ਕੇ ਛਕਾ ਕੇ ਤੇ ਮੇਰਾ ਛੋਟਾ ਬੱਚਾ ਉਹਨੂੰ ਭੂੜੇ ਪਾ ਕੇ ਆਉਣੀ ਆ ਫਿਰ ਪਹਿਲਾਂ ਭੂੜੇ ਹੁੰਦੇ ਵੇਖਿਆ ਅਸੀਂ ਵੀ ਤੇਰੇ ਭੂੜੇ ਛਾਤਰਾਂ ਵਧੇ ਹੁੰਦੇ ਸੀ ਤੇ ਇੱਦਾਂ ਕਰਕੇ ਉਹਦੇ ਬੱਚੇ ਨੂੰ ਪਾ ਦੇਣਾ ਤੇ ਫਿਰ ਉਹ ਮਾਈਆਂ ਨਾਲੇ ਪ੍ਰਸ਼ਾਦਾ ਪਕਾਈ ਜਾਣਾ ਤੇ ਨਾਲੇ ਉਹ ਭੂੜਾ ਜਿਹੜਾ ਸੀ ਰੱਸੀ ਲੰਮੀ ਹਰੀ ਬੰਨ ਲੈਣੀ ਉਹਨੂੰ ਤੇ ਪ੍ਰਸ਼ਾਦ ਦੇ ਨਾਲ ਜਦੋਂ ਬੱਚੇ ਰੋਣਾ ਉੱਥੋਂ ਬੈਠਿਆ ਚੌਂਕੇ ਬੈਠਿਆ ਮੜਾ ਲਾਈ ਜਾਣਾ ਤੇ ਬੱਚੇ ਨੇ ਖੇਡੇ ਲੱਗ ਜਾਣਾ। ਸੋ ਇੱਦਾਂ ਕਰਕੇ ਮਾਰਿਆ ਮੈਂ ਉਹ ਬੱਚੇ ਨੂੰ ਭੂੜੇ ਪਾ ਕੇ ਆਉਣੀ ਆ ਤੇ ਜਦੋਂ ਮੇਰਾ ਬੱਚਾ ਰੋਂਦਾ ਉਦੋਂ ਫਿਰ ਬਾਂਹ ਜੋ ਉਹਨਾਂ ਨੇ ਭੂੜਾ ਉੱਥੇ ਛੱਡਦਾ। ਦੇਖੋ ਸੇਵਾ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋਈ ਕਰੇ ਚਿੱਤਰਾ ਹੈ ਮਨ ਚਿੰਦਿਆ ਫਰਮਾਨ ਹੋਮੇ ਵਿੱਚ ਹੋ ਜਾਏ ਜੀ ਹੋਮੇ ਵਿੱਚ ਓਂਕਾਰ ਖਤਮ ਹੋ ਜਾਏ ਕਿ ਮੈਂ ਸੇਵਾ ਕੀਤੀ ਮੈਂ ਖਤਮ ਹੋ ਜਾਏ ਕਿ ਮੈਂ ਸੇਵਾ ਕੀਤੀ ਹੈ ਫਿਰ ਨਹੀਂ ਜੇ ਮੈਂ ਗਿਆ ਤਾਂ ਫਿਰ ਕੁਛ ਨਹੀਂ ਜੇ ਕਿ ਮਾਰਿਆ ਅਸੀਂ ਕਿਰਪਾ ਗੁਰੂ ਅਰਦਾਸ ਬਣਾ ਕੇ ਮੇਰੇ ਕੋਲ ਸੇਵਾ ਲੈ ਲਓ ਤੇ ਫਿਰ ਦਾ ਫਲ ਬਹੁਤ ਹੈ ਤੇ ਉੱਥੇ ਉਹ ਬੱਚਾ ਰੋਂਦਾ ਭੂੜਾ ਇੱਥੋਂ ਮਾਂ ਨੇ ਭੂੜਾ ਉੱਥੇ ਹੁੰਦਾ ਫਿਰ ਉਹ ਸਾਰਾ ਨਸੀਬਾ ਕਰਦੀ ਹੈ ਜਦੋਂ ਤੇ ਜਦੋਂ ਬੱਚਾ ਰੋਂਦਾ ਜਦੋਂ ਛਾਤੀ ਨਾਲ ਸੁਣਾਉਣੀ ਮੈਂ ਦੁੱਧ ਦਿੰਦੀ ਮਹਾਰਾਜ ਦੁੱਧ ਦੁੱਧ ਉੱਥੇ ਪੁੱਜਦਾ ਇੱਥੋਂ ਗੋਦਾ ਸਾਹਿਬ ਤੋਂ ਦੁੱਧ ਉੱਥੇ ਪੁਆਇਆ ਪਕਾਵਜ ਪਹੁੰਚਣ ਡਿਆ ਹੋ ਸਾਰਾ ਨਸੀਬਾ ਕਰਦੀ ਹੈ ਰਾਤ ਨੂੰ ਆ ਕੇ ਬੱਚੇ ਨੂੰ ਸਾਂਭਦੀ ਹੈ ਫਿਰ ਲੰਗਰ ਪਾਣੀ ਬਣਾ ਕੇ ਤਿਆਰ ਪਿਆਰ ਕਰਕੇ ਤੇ ਛਕਾ ਕੇ ਤੇ ਫਿਰ ਮੈਂ ਜਦੋਂ ਇਹ ਘਰੋਂ ਤੁਰਦੀ ਹਾਂ ਲੰਗਰ ਪਾਣੀ ਬਣਾ ਕੇ ਤੇ ਅਰਦਾਸ ਬੇਨਤੀ ਆ ਕੇ ਚਰਨਾਂ 'ਚ ਮਾਰੇ ਕਰਦੀ ਹਾਂ ਤੇ ਜਦੋਂ ਅੱਖਾਂ ਵੀ ਅੜਦੀਆਂ ਤਾਂ ਮੈਂ ਗੋਦਾ ਸਾਹਿਬ ਨੂੰ ਖੁਲਤੀ ਹੁੰਦੀ ਸਾਰਿਆਂ ਦੀ ਸੇਵਾ ਕਰਦੀ ਹੈ ਜਦੋਂ ਸ਼ਾਮਾਂ ਪੈਂਦੀਆਂ ਤੇ ਮੈਂ ਪੰਜ ਛਾਣਾ ਕਰਕੇ ਅਰਦਾਸ ਬੇਨਤੀ ਕਰਦੀ ਹੈ ਤੇ ਜਦੋਂ ਅੱਖਾਂ ਅੜਦੀ ਮੈਂ ਆਪਣੇ ਘਰ ਖੁਲਤੀ ਹੁੰਦੀ ਮਹਾਰਾਜ ਤੁਹਾਡੀ ਬਖਸ਼ਿਸ਼ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੇਰੀ ਬਖਸ਼ਿਸ਼ ਹੋਈ ਹੈ ਤੇ ਫਿਰ ਮਰ ਗਿਆ ਮਾਈ ਸੇਵਾ ਇਹਨੂੰ ਮੰਜੀ ਦਿੱਤੀ ਮਾਰੇ ਜਦ ਕਾਬਲ ਦੀ ਜਥੇਦਾਰੀ ਹੋਈ ਹਜੇ ਉਸੇ ਕਾਬਲ ਦੀ ਮਾਈ ਸੇਵਾ ਦੇ ਨਾਲ ਤੋਂ ਕਾਫੀ ਗੁਰਦੁਆਰੇ ਬਣੇ ਹੋਏ ਜਿੱਥੇ ਜਿੱਥੇ ਨੇ ਬਹਿ ਕੇ ਸਿਮਰਨ ਕੀਤਾ ਸੇਵਾ ਫਿਰ ਵੀ ਛੱਡੀ ਫਿਰ ਜਦੋਂ ਗੁਰੂ ਰਾਮਦਾਸ ਮਾਰੇ ਸੇਵਾ ਆਣ ਕੇ ਅੰਮ੍ਰਿਤਸਰ ਸਾਹਿਬ ਲਾਈ ਹੈ ਤੇ ਫਿਰ ਸਿਆਣ ਟੋਕੇ ਟੋਈ ਜਾਂਦੇ ਪਰ ਮਾਈ ਸੇਵਾ ਦਾ ਬਣਿਆ ਬਾਜ਼ਾਰ ਮਾਈ ਸੇਵਾ ਬਾਜ਼ਾਰ ਵੱਜਦਾ ਤੁਹਾਨੂੰ ਸੁਣਿਆ ਹੋਵੇਗਾ ਸੋ ਇੱਦਾਂ ਕਰਕੇ ਉੱਥੋਂ ਸਾਰੇ ਗੁਰਕੇ ਸਾਹਿਬ ਕਾਫੀ ਸਮਾਨ ਗੁਰੂ ਘਰ ਉੱਥੋਂ ਪਰ ਮਿਲਦਾ ਹੈ ਉਹ ਮਾਈ ਸੇਵਾ ਉਹਦੀ ਟੋਕਰਾ ਚੁੱਕ ਕੇ ਲੰਘਦੀ ਹੈ ਟੋਕਰਾ ਚੁੱਕ ਕੇ ਮਿਟਕਾਰ ਸੇਵਾ ਦਾ ਤੇ ਸੁੱਟ ਕੇ ਆਉਣਾ ਤੇ ਫਿਰ ਉੱਥੇ ਚੁੱਕ ਕੇ ਫਿਰ ਉੱਥੇ ਜਾਣਾ ਉਹ ਜਿਹਦੀ ਲੰਘਦੀ ਜੀ ਉੱਥੇ ਮਾਈ ਸੇਵਾ ਦਾ ਬਾਜ਼ਾਰ ਬਣਿਆ ਹੋਇਆ ਉਹਦਾ ਨਾਂ ਦਾ ਬਾਜ਼ਾਰ ਬਣਿਆ ਹੋਇਆ ਜਿਹਨੇ ਸੇਵਾ ਗੁਰੂ ਘਰ ਦੀ ਕੀਤੀ ਹੈ ਫਿਰ ਪੰਕਤੀ ਪੜੋ ਜੀ ਦਾਸ ਦਾਸਨ ਕੇ ਪਾਣੀ ਹਾਰੇ ਕਿ ਐਸੀ ਕਿਰਪਾ ਕਰੋ ਮਾਰ ਗੁਰ ਸਿੱਖ ਦੇਗੇ ਦਾਸਾਂ ਦੇ ਦਾਸ ਬਣ ਜਾਣ ਪਾਣੀ ਹਾਰੇ ਪਾਣੀ ਢੋਣਾ ਪਾਣੀ ਅੱਜ ਕੱਲ੍ਹ ਪਾਣੀ ਪਹਿਲਾਂ ਬੜਾ ਔਖਾ ਸੀ ਜਦੋਂ ਮਾਰੇ ਗੁਰਬਾਣੀ ਜਾਣੀ ਪਾਣੀ ਬੜਾ ਔਖਾ ਹੀ ਢੋਣਾ ਕਿੰਨਾ ਔਖਾ ਸੀ ਗੁਰੂ ਅੰਗਦ ਦਾਸ ਮਾਰੇ ਪੰਜ ਦਸ ਕਿਲੋਮੀਟਰ ਤੋਂ ਜਾਣਾ ਦਸ ਕਿਲੋਮੀਟਰ ਵਾਪਸ ਆਉਣਾ ਫਿਰ ਪੁੱਠੀ ਬਹਿ ਜਾਣ ਕਿ ਗੁਰੂ ਨਾਲ ਪਿਛਾਂ ਹੋ ਜਾ ਇੱਕ ਸਿੱਖ ਹੈ ਜੀ ਸਾਡੇ ਜੀ ਆਪਣੇ ਜੀ ਉਹ ਇਹੋ ਜਿਹਾ ਸੇਵਾ ਦਾ ਜੀਵਨ ਹੈ ਉਹ ਕਹਿੰਦਾ ਮੈਂ ਜਿੱਥੇ ਰਾਤ ਨੂੰ ਸੌਣਾ ਹੋਇਆ ਨਾ ਤੇ ਮੈਂ ਪਹਿਲਾਂ ਪੁੱਛ ਲਿਆ ਕਿ ਅੰਮ੍ਰਿਤਸਰ ਸਾਹਿਬ ਕਿਹੜੇ ਬੰਨੇ ਕਿ ਅੰਮ੍ਰਿਤਸਰ ਵਾਲੇ ਬੰਨੇ ਪੈਰ ਕਰਕੇ ਲਿਖ ਦਿਖਾਉਣਾ ਤੇ ਜੇ ਅਰਦਾਸ ਕਰਨੀ ਹੋਵੇ ਤਾਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਕੋਲ ਨਾ ਹੋਵੇ ਤੇ ਮੈਂ ਫਿਰ ਉੱਧਰ ਨੂੰ ਸੋਤੀ ਖੜ ਗਿਆ ਜਿਹੜੇ ਅੰਮ੍ਰਿਤਸਰ ਸਾਹਿਬ ਉੱਧਰ ਮੈਂ ਜਾ ਕੇ ਅਰਦਾਸ ਕਰਾਂ ਕਿਤੇ ਕਿਤੇ ਹੁਣ ਕਿੱਥੇ ਦੂਰ ਮੈਂ ਚਲੇ ਗਿਆ ਤੇ ਮੈਂ ਕਿਸੇ ਨੂੰ ਪੁੱਛਿਆ ਕਿ ਅੰਮ੍ਰਿਤਸਰ ਸਾਹਿਬ ਕਿਹੜੇ ਬੰਨੇ ਆ ਉਹ ਕਹਿੰਦਾ ਸਾਨੂੰ ਅੰਮ੍ਰਿਤਸਰ ਦਾ ਪਤਾ ਹੀ ਨਹੀਂ ਕਹਿੰਦਾ ਫਿਰ ਮੈਂ ਪਿਛਾ ਲਾਹੌਰ ਕਿਹੜੇ ਬੰਨੇ ਆ ਹੁਣ ਕਹਿੰਦਾ ਲਾਹੌਰ ਇੱਦਾਂ ਲਹਿੰਦੇ ਪਾਸੇ ਆ ਫਿਰ ਕਹਿੰਦਾ ਮੈਂ ਨਾਜਾ ਲਾ ਕੇ ਜਿਹੜੇ ਮੇਰਾ ਲਾਹੌਰ ਆ ਉਸੇ ਬੰਨੇ ਅੰਮ੍ਰਿਤਸਰ ਆ ਸੋ ਇੱਦਾਂ ਕਰਕੇ ਭਾਵ ਇਹੋ ਜਿਹੇ ਗੁਰੂ ਕੇ ਸਿੱਖ ਦਾ ਅਜੇ ਵੀ ਜੀਵਨ ਹੈਗਾ ਅਜੇ ਵੀ ਹੈਗਾ ਬਾਹਰ ਪਦ ਵਿੱਚ ਹੀ ਪਤਾ ਲੱਗਦਾ ਸੋ ਇੱਦਾਂ ਕਰਕੇ ਹੁਣ ਤੇ ਪਾਣੀ ਢੋਣਾ ਬੜਾ ਔਖਾ ਉਹਦਾ ਔਖਾ ਬੜਾ ਹੁਣ ਸੌਖਾ ਬੜਾ ਹੁਣ ਤੇ ਕਿੱਡਾ ਸੌਖਾ ਹੋਇਆ ਇਹ ਪੱਖਾ ਲੱਗਾ ਹੋਇਆ ਪੱਖਾ ਆਪੇ ਚਲੀ ਜਾਂਦਾ ਪੈਸੇ ਲਿਆ ਕੇ ਪੱਖਾ ਲਾਦਾ ਆਪ ਇੱਕ ਦੂਜੇ ਤੀਜੇ ਮੁੜ ਕੇ ਬੈਠਾ ਹੋਇਆ ਪੱਖਾ ਇੱਥੇ ਚਲੀ ਜਾਂਦਾ ਇੱਥੇ ਉਹਦਾ ਫਲ ਮਿਲ ਜਾਂਦਾ ਐਸੇ ਟੂਟੀਆਂ ਲੱਗੀਆਂ ਹੋਈਆਂ ਨੇ ਟੂਟੀਆਂ ਪੈਸੇ ਲਾ ਟੂਟੀਆਂ ਲਾਦੀਆਂ ਆਪ ਕਿਤੇ ਬੈਠਾ ਹੋਇਆ ਪਾਣੀ ਉੱਥੇ ਪੀ ਜਾਂਦੇ ਹੱਥ ਟੂਟੀ ਲਾਉਣ ਦੀ ਰੋੜੀ ਵੀ ਆਪੇ ਚੱਲ ਪੈਂਦੀ ਹੈ ਸੁਭਾਅ ਹੁਣ ਤੇ ਸੌਖੀ ਹੈ ਸੇਵਾ ਉਦੋਂ ਔਖੀ ਸੇਵਾ ਸੀ ਜਦੋਂ ਮਹਾਰਾਜ ਨੇ ਸੇਵਾ ਦੱਸਿਆ ਸੋ ਇੱਦਾਂ ਕਰਕੇ ਗੁਰੂ ਕੇ ਪਿਆਰੇ ਜਿਹਨਾਂ ਨੇ ਸੇਵਾ ਕੀਤੀ ਹੈ ਭਾਵੇਂ ਉਹ ਮਾਈ ਤੇ ਤਿੰਨ ਮਾਈਆਂ ਹੋਈਆਂ ਜਿਹਨਾਂ ਸੇਵਾ ਕੀਤੀ ਹੈ
ਤੇ ਉਹਨਾਂ ਦੇ ਬਾਹੀਆਂ ਮਾਈਆਂ ਤਿੰਨਾਂ ਮਾਈਆਂ ਦਾ ਨਾਮ ਦਾ ਬਣੀ ਸੁਣਾ ਲੱਗਦਾ ਸੋ ਏਦਾਂ ਕਰਕੇ ਸਾਧੂ ਕੁਸ਼ਨ ਕਰਦੇ ਹੈ ਗੁਰਸਿੱਖ ਤੇ ਐਸੀ ਬਖਸ਼ ਕਰਦੇ ਹੋ ਐਸੀ ਕਿਰਪਾ ਇਹਨਾਂ ਜੀਵਨਾਂ ਨੀਵ ਨਿਯਮ ਬਣਾ ਦਿਓ ਇਹਨਾਂ ਜੀਵਨ ਨੀਵਾਂ ਕਰ ਦੇ ਜੀ ਮਣ ਜਾਏ ਜੀਵਨਾਂ ਦਾ ਇੰਨਾ ਉੱਤਮ ਜੀਵ ਆਪਣੇ ਆਪ ਨੂੰ ਨੀਵਾਂ ਮਨ ਨੂੰ ਸਮਝ ਲੈਣ ਕਿ ਅਸੀਂ ਦਾਸਾਂ ਦੀ ਦਾਸ ਫਿਰ ਦੂਜੇ ਨੂੰ ਪਾਣੀ ਪਿਆ ਉਹਨੂੰ ਧਿਆਨ ਮੈਨੂੰ ਪਾਣੀ ਪਿਆ ਮੈਂ ਇਹਨੂੰ ਪਾਣੀ ਕਿਉਂ ਮਿਆ ਬਈ ਸੋ ਏਦਾਂ ਕਰਕੇ ਐਸੀ ਵਸਦਾ ਗੁਰਸਿੱਖ ਦੀ ਬਣ ਜਾ ਹੋਵੇ ਅਵਦੇਸ਼ ਰੂਪੀ ਧੂੜੀ ਜੇ ਸੰਤਾਂ ਦਾ ਜੋ ਅਵਦੇਸ਼ ਹੈ ਉਹਨਾਂ ਅਵਦੇਸ਼ ਹਿਰਦੇ ਚ ਵਸਾ ਕੇ ਆਪ ਹਿਰਦੇ ਨਾਲ ਨਾ ਪੁੱਤਰ ਕੀਤਾ ਜਾਵੇ ਐਸੀ ਕਿਰਪਾ ਗੁਰੂ ਮਹਾਰਾਜ ਤੇ ਗੁਰਸਿੱਖ ਜਿਹੜੇ ਹੈ ਗੁਰੂ ਦਾ ਅਵਦੇਸ਼ ਲੈ ਕੇ ਤੇ ਗੁਰੂ ਦੇ ਅਵਦੇਸ਼ ਨੂੰ ਹਿਰਦੇ ਚ ਵਸਾਉਣਾ ਕਰਨ ਆਪਣੀ ਕਿਰਪਾ ਕਰੋ ਭਗਵੰਤਾ ਇਹ ਭਗਵੰਤਾ ਹੈ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਐਸੀ ਕਰੋ ਕਿ ਸੰਤਾਂ ਦੀ ਇਹ ਧੂੜੀ ਬਣ ਜਾਣਾ ਸਾਂ ਮਾਗ ਮੰਜਨ ਸੰਗ ਸਾਧਵਾ ਧੂੜੀ ਕਰ ਇਸਨਾਨ ਉਹਦਾ ਅਸ ਕਰਦੇ ਕਿ ਐਸੀ ਕਿਰਪਾ ਹੋ ਜਾਵੇ ਧੂੜੀ ਦੇ ਨਾਲ ਇਸ਼ਨਾਨ ਹਿਰਦੇ ਅੰਦਰ ਦਾ ਇਸ਼ਨਾਨ ਹੋ ਬਾਹਰ ਦੇ ਇਸ਼ਨਾਨ ਦੱਸਿਆ ਗਿਆ ਅੰਦਰ ਇਹਨਾਂ ਪੁੱਤਰ ਹੋ ਜਾਵੇ ਤੇ ਐਸੀ ਭਗਵਾਨ ਦੇ ਵਾਹਿਗੁਰੂ ਬਖਸ਼ਿਸ਼ ਕਰੋ ਪਿੱਛੇ ਰਹਿਣ ਦੇਵੇ ਇੱਥੇ ਆਣ ਕੇ ਚੌਧ ਨਾ ਸਮਝੇ ਇੱਥੇ ਆਣੇ ਕਿ ਨਮਾਣਾ ਬਣ ਕੇ ਗੁਰੂ ਕਿਸਮ ਚ ਬੈਠਣਾ ਕਰੇ ਸ਼ਾਹ ਚਤੁਰਾਈ ਚਤੁਰਾਈ ਚੌਧ ਨੂੰ ਖਤਮ ਕਰ ਦਿਓ ਮਹਾਰਾਜ ਸੰਤਨ ਕੀ ਮਨ ਟੇਕ ਟਕਾਈ ਜਿਹੜਾ ਸੰਤਾਂ ਦਾ ਆਦੇਸ਼ ਰੂਪੀ ਹੈ ਮਨ ਦੀ ਟੇਕ ਆ ਉਹ ਟਕਾਈ ਮਨ ਦੇ ਉੱਤੇ ਟੇਕ ਜਾਵੇ ਪੱਕਾ ਪੱਕਾ ਹੋ ਜਾਵੇ ਮਨ ਦੇ ਵਿੱਚ ਪੱਕਾ ਬਣਾ ਲੈ ਕੇ ਮੈਂ ਆਹ ਕੰਮ ਜਿਹੜਾ ਮਾੜਾ ਨਹੀਂ ਕਰਨਾ ਅੱਜ ਤੋਂ ਚੰਗਾ ਕਰਮ ਕਰਨਾ ਮਾੜੇ ਛੱਡ ਦੇਣੇ ਇਹ ਸੰਤਾਂ ਦਾ ਆਦੇਸ਼ ਰੂਪੀ ਮਨ ਦੇ ਟਿਕਾਉਣਾ ਕਰੇ ਸ਼ਾਰ ਕੀ ਪੁੱਤਰੀ ਪਰਮ ਗਤ ਪਾਈ ਤੇ ਫਿਰ ਕੀ ਹੋਵੇਗਾ ਸ਼ਾਰ ਕੇ ਧੂੜੀ ਮਿੱਟੀ ਦੀ ਪੁੱਤਰੀ ਸ਼ਾਰ ਕਹਿੰਦੇ ਮਿੱਟੀ ਨੂੰ ਤੇ ਇੱਦਾਂ ਕਰਕੇ ਫਿਰ ਜੇ ਮਿੱਟੀ ਦਾ ਪੁਤਲਾ ਮਿੱਟੀ ਦਾ ਪੁਤਲਾ ਕਿਸੇ ਨੇ ਦੱਸੋ ਗੁਰਬਾਣੀ ਚਾਹੁੰਦਾ ਕਿ ਮਿੱਟੀ ਦਾ ਪੁਤਲਾ ਕਿੰਨਾ ਨੱਚਦਾ ਫਿਰਦਾ ਐਵੇਂ ਸੈਦਾਂ ਕਿ ਦੇਹੀ ਮਾਟੀ ਦੇ ਮਿੱਟੀ ਦੀ ਬੋਲਦੀ ਹੋਇਆ ਤੇ ਮਿੱਟੀ ਦਾ ਸੀ ਬਣਿਆ ਹੋਇਆ ਪਰਮ ਗਤ ਪਾਈ ਵੱਡੀ ਗੱਦੀ ਨੂੰ ਪ੍ਰਾਪਤ ਕਰੇ ਗਤ ਕਹਿੰਦੇ ਮੁਕਤੀ ਨੂੰ ਤੇ ਮੁਕਤ ਇਹ ਨਹੀਂ ਕਿ ਮਰ ਕਰਕੇ ਮੁਕਤ ਮੁਕਤ ਮਹਾਂਪੁਰਖ ਦੱਸਦੇ ਮੁਕਤੀ ਜੀਂਦਾ ਮੁਕਤ ਸਾਖੀ ਮਰ ਜੀਵੇ ਮਰੀਆ ਉਹਦੀ ਵਸਦਾ ਕਿ ਜੀ ਨੇ ਆਪਣੇ ਆਪ ਮਰਿਆ ਸਮਝੇ ਉਹ ਮੁਕਤੀ ਦਾ ਭਾਵ ਕਿ ਵਿਕਾਰਾਂ ਦਾ ਮੁਕਤ ਹੋ ਜਾਏ ਮਾੜੇ ਕੰਮਾਂ ਨੂੰ ਛੱਡ ਦੇ ਅੱਜ ਤੋਂ ਮਰ ਬਣਾ ਲਏ ਕਿ ਮਾੜਾ ਕੰਮ ਕਰਨਾ ਕਿ ਉਹਨੂੰ ਕਹਿੰਦੇ ਮੁਕਤ ਇੱਕ ਨਾ ਬਾਬੇ ਮਹਾਂਪੁਰਸ਼ ਕਹਿੰਦੇ ਹੈ ਸੰਤ ਕਰਤਾਰ ਸਿੰਘ ਬਾਬਾ ਠੱਗ ਸਿੰਘ ਬਾਬਾ ਠੱਗ ਸਿੰਘ ਜੀ ਫਲਾਣਾ ਕੰਮ ਕਿਵੇਂ ਆ ਫਲਾਣਾ ਕੰਮ ਕਰੋ ਕਹਿੰਦੇ ਸੱਤ ਵਜਨੇ ਜੀ ਮੈਂ ਕੋਲ ਬੈਠਾ ਤਾਂ ਨਿਕਲਿਆ ਉਦੋਂ ਮੈਂ ਤੇ ਕਿੰਨੇ ਉਹਨਾਂ ਵਜਨ ਕੀਤੇ ਬਾਬਾ ਜੀ ਨੂੰ ਕਿ ਬਾਬਾ ਜੀ ਫਲਾਣਾ ਕੰਮ ਕਰੋ ਕਹਿੰਦੇ ਸੱਤ ਵਜਨੇ ਜੀ ਪਤਾ ਨੀ ਕਿੰਨੇ ਕੰਮ ਸੰਤਾਂ ਨੂੰ ਦੱਸਦੇ ਤੇ ਉਹਨੇ ਸੱਤ ਵਜੇ ਕਰੀ ਗਿਆ ਇੰਨੇ ਕੰਮ ਕਿੱਦਾਂ ਕਰ ਲਵਾਂਗੇ ਤੇ ਬਾਅਦ ਸੰਤ ਕਰਤਾਰ ਸਿੰਘ ਕਹਿਣ ਲੱਗੇ ਬਾਬਾ ਜੀ ਤੁਸੀਂ ਮੁਕਤ ਹੋ ਗਏ ਤੁਸੀਂ ਮੁਕਤ ਹੋ ਜਿਹਦੇ ਮੁਕਤ ਹੋ ਗਏ ਜਿੱਦਾਂ ਮੁਕਤੀ ਅਰਥ ਕਰਦੇ ਹੈ ਕਿ ਵਿਕਾਰਾਂ ਤੋਂ ਮੁਕਤ ਛੁੱਟ ਜਾਣ ਕਿ ਜਿਹੜੇ ਵਿਕਾਰ ਮਨੁੱਖ ਅੰਦਰੋਂ ਨਿਕਲ ਜਾਣ ਐਸੀ ਵਸਤਾ ਬਣ ਜਾਏ ਇਹਨਾਂ ਦਾਸਾਂ ਦਾ ਦਾਸ ਹੋ ਜਾਵੇ ਕਿ ਜਿਹੜੇ ਅੰਦਰ ਦੇ ਵਿਕਾਰ ਆ ਬੁਰੇ ਕਰਮ ਛੁਟਕਾਰਾ ਹੋ ਜਾਵੇ ਐਸੀ ਕਿਰਪਾ ਹੋ ਜਾਂਦੀ ਫਿਰ ਨਾਨਕ ਜਾਂ ਕਉ ਸੰਤ ਸਹਾਈ ਤੇ ਮਹਾਰਾਜ ਜਿਹਨਾਂ ਦੇ ਸਾਧ ਸੰਗਤ ਸੰਤ ਸਹਾਇਤਾ ਕਰਦੇ ਸਹਾਇਤਾ ਕਿਰਪਾ ਕਰਦੇ ਨੇ ਗੁਰੂ ਦੀ ਕਿਰਪਾ ਜਦ ਹੋ ਜਾਵੇ ਤੇ ਉਹ ਫਿਰ ਉਹ ਮਾੜੇ ਕੰਮਾਂ ਤੋਂ ਛੁੱਟ ਜਾਂਦੇ ਉਹ ਮੁਕਤ ਹੋ ਜਾਂਦੇ ਆ ਇਹ ਸ਼ਬਦ ਦੀ ਵਿਚਾਰ ਖਰੀ ਹੋਈ ਹੈ ਟਾਈਮ ਹੀ ਹੋ ਗਈ ਇੱਥੇ ਸਮਾਪਤੀ ਹੈ ਜੇ ਕੋਈ ਵਿਚਾਰ ਕਰਨ ਦੇ ਕੁਛ ਹੋ ਗਈ ਹੋਵੇ ਸਤਿਗੁਰੂ ਮਹਾਰਾਜ ਸਾਧ ਸੰਗਤ ਸ਼ੰਭੋ ਗੁਰੂ ਕੇ ਪਿਆਰਿਓ ਗੁਰੂ ਕਾ ਵਿਦੇਸ਼ ਦੇ ਜੋ ਸਾ ਕੇ ਸਿਮਰ ਕਰੋ ਵੱਧ ਤੋਂ ਵੱਧ ਮਹਾਂਪੁਰਖ ਕਿਸੇ ਕਿੱਦਾਂ ਕਰਨਾ ਜਿੱਦਾਂ ਹੁੰਦਾ ਕਰੀ ਜੋਗਾ ਤਾੜਾ ਹੋਵੇ ਨਾਮ ਜੰਭੀ ਜੋ ਤੁਰਦਿਆਂ ਫਿਰਦਿਆਂ ਐਸੀ ਵਸਤਾ ਬਣਾ ਲਓ ਕਿ 24 ਘੰਟੇ ਵਿਸਰਨਾ ਹੀ ਦਤਾਰ ਆਓ ਪੜ੍ਹ ਲਈ ਅੱਜ ਵਿਸਰਨਾ ਹੀ ਦਤਾਰ ਵਿਸਰਨਾ ਹੀ ਦਤਾਰ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਨਾਨਕ ਜਾਓ ਚਾਹ ਸ਼ੌਂਕ ਨਾ ਹੁੰਦਾ ਜਿਹੜਾ ਕੰਮ ਹੁੰਦਾ ਚਾਹ ਹੋਏ ਗੁਰਸਿੱਖ ਨੇ ਕਿਵੇਂ ਨਾਮ